ਧਨ ਦੀ ਪ੍ਰਾਪਤੀ ਦਾ ਇਕੱਲਾ ਉਪਦੇਸ਼ ਹੀ ਨਹੀਂ ਦਿੱਤਾ, ਨਾਲ ਨਾਮ ਦੀ ਪਹਿਚਾਣ ਵੀ ਦੱਸੀ ਹੈ ਵੀ ਨਾਮ ਕਿਹੜਾ ਹੈ, ਨਾਮ ਦਾ ਵਾਸ ਕਿੱਥੇ ਹੈ ਅਤੇ ਨਾਮ ਦੀ ਪ੍ਰਾਪਤੀ ਕਿਵੇਂ ਕਰਨੀ ਹੈ। ਮਹਾਰਾਜ ਕਹਿੰਦੇ ਆ, ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ। ਕਹਿੰਦੇ ਜਿਸ ਵੱਖਰ ਨੂੰ, ਜਿਸ ਵਪਾਰ ਨੂੰ, ਜਿਸ ਪਦਾਰਥ ਨੂੰ ਤੂੰ ਇੱਥੇ ਸੰਸਾਰ ਦੇ ਵਿੱਚ ਕਰਨ ਆਇਆ, ਉਹ ਨਾਮ ਜਿਹੜਾ ਹੈ ਸੰਤਾਂ ਦੇ ਘਰ ਦੇ ਵਿੱਚ ਉਹਨਾਂ ਦੇ ਸੰਗ ਦੇ ਵਿੱਚ ਮਿਲਦਾ ਹੈ ਅਤੇ ਉਹ ਨਾਮ ਨੂੰ ਲੈਣ ਦੇ ਲਈ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਕੋਈ ਵੀ ਪਦਾਰਥ ਆਪਾਂ ਖਰੀਦਣਾ ਹੈ ਉਹਦੇ ਵੰਡੇ ਆਪਾਂ ਨੂੰ ਉਨੀ ਪੂੰਜੀ ਦੇਣੀ ਪੈਂਦੀ ਹੈ, ਧਨ ਦੇਣਾ ਪੈਂਦਾ ਹੈ। ਅਤੇ ਮਹਾਰਾਜ ਕਹਿੰਦੇ ਜਿਹੜੇ ਨਾਮ ਦੇ ਪਦਾਰਥ ਨੂੰ ਤੂੰ ਸੰਸਾਰ ਦੇ ਵਿੱਚ ਲੈਣ ਆਇਆ ਹੈ, ਕਹਿੰਦੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ, ਫਿਰ ਉਹਨੂੰ ਦੇ ਉਹਨੂੰ ਪ੍ਰਾਪਤ ਕਰਨ ਦੇ ਲਈ ਕੀ ਪੂੰਜੀ ਦੇਣੀ ਪੈਣੀ ਹੈ। ਕਹਿੰਦੇ ਤਜ ਅਭਿਮਾਨ ਲਿਹੇ ਮਨ ਮੋਲ ਰਾਮ ਨਾਮ। ਇਸ ਸ਼ਬਦ ਦੀ ਪੂੰਜੀ ਜਿਹੜੀ ਦਿੱਸੀ ਹੈ ਉਹ ਕਹਿੰਦੇ ਰਾਮ ਨਾਮ ਹਿਰਦੇ ਮੈਂ ਤੋਲ। ਉਹ ਕਹਿੰਦੇ ਵੀ ਆਪ ਦੇ ਮਾਣ ਨੂੰ ਛੱਡ ਕੇ ਜਿਹੜਾ ਸਾਡਾ ਮਨ ਹੈ ਇਸ ਦਾ ਮੁੱਲ ਲੱਗਣਾ। ਤਾਜ ਅਭਿਮਾਨ ਲਿਹੇ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ। ਹੁਣ ਇਹ ਪੂੰਜੀ ਜਿਹੜੀ ਉਹਨਾਂ ਨੇ ਮੰਗੀ ਹੈ ਨਾਮ ਦੇ ਵੰਡੇ, ਉਹ ਕੋਈ ਦੁਨਿਆਵੀ ਤੌਰ 'ਤੇ ਪੈਸਾ ਜਾਂ ਦੁਨਿਆਵੀ ਤੌਰ ਦੇ ਉੱਪਰ ਕੋਈ ਪਦਾਰਥ ਨਹੀਂ। ਮਹਾਰਾਜ ਕਹਿੰਦੇ ਕਿ ਆਪ ਦੀ ਹਉਮੈ ਨੂੰ ਛੱਡ ਕੇ ਜੇਕਰ ਆਪ ਦਾ ਤਨ ਮਨ ਧਨ ਤੂੰ ਗੁਰੂ ਨੂੰ ਸਮਰਪਣ ਕਰ ਸਕਦਾ ਹੈ ਤਾਂ ਤੈਨੂੰ ਨਾਮ ਦਾ ਪਦਾਰਥ ਮਿਲ ਜਾਏਗਾ। ਹੁਣ ਜਿਹੜਾ ਸਾਡਾ ਮਨ ਹੈ ਇਹ ਸਮਰਪਣ ਕਰਨਾ ਬਹੁਤ ਔਖਾ ਹੈ। ਜੇ ਮਨ ਸਮਰਪਣ ਨਹੀਂ ਹੁੰਦਾ ਤਾਂ ਦੁਨਿਆਵੀ ਸਰੀਰ ਵੀ ਸਮਰਪਣ ਨਹੀਂ ਕਰ ਸਕਦਾ, ਅਤੇ ਜੇ ਤਨ ਅਤੇ ਮਨ ਸਮਰਪਣ ਨਾ ਕਰੀਏ ਤਾਂ ਫਿਰ ਸਵਾਸਾਂ ਦਾ ਧਨ ਜਿਹੜਾ ਉਹ ਵੀ ਬਿਰਥਾ ਚੱਲਿਆ ਜਾਂਦਾ ਹੈ। ਪਰ ਹੁਣ ਇਹ ਸਾਨੂੰ ਗੁਰਬਾਣੀ ਵਿੱਚ ਦੱਸ ਦਿੱਤਾ ਕਿ ਤੁਸੀਂ ਨਾਮ ਦੀ ਪ੍ਰਾਪਤੀ ਕਰਨ ਦੇ ਲਈ ਇੱਥੇ ਆਏ ਹੋ, ਉਹ ਸੰਤਾਂ ਦੇ ਕੋਲ ਹੈ। ਸੰਤਾਂ ਦੇ ਕੋਲ ਜਾ ਕੇ ਤੁਸੀਂ ਆਪ ਦਾ ਅਭਿਮਾਨ ਛੱਡਣਾ ਪੈਂਦਾ ਹੈ ਜੇ ਸੰਤਾਂ ਦੇ ਸੰਗ ਦੇ ਵਿੱਚ ਬੈਠਣਾ ਹੋਵੇ, ਕਿਉਂਕਿ ਜੇਕਰ ਸਤਸੰਗਤ ਦੇ ਵਿੱਚ ਉੱਚਾ ਮਨ ਕਰਕੇ ਜਾਈਏ, ਮਨ ਦੇ ਵਿੱਚ ਫੁਰਨੇ ਹੋਣ, ਖਾਸ ਤਰ੍ਹਾਂ ਦਾ ਜੀਵਨ ਪਾਲਦੇ ਹੋਈਏ ਵੀ ਜੇ ਸੰਗਤ ਵਿੱਚ ਜਾਣਾ ਹੈ ਉੱਥੇ ਆ ਸੁਵਿਧਾ ਹੋਵੇ, ਆ ਖਾਣ ਨੂੰ ਮਿਲੇ, ਇਸ ਤਰ੍ਹਾਂ ਬੈਠਣ ਨੂੰ ਮਿਲੇ, ਇਸ ਤਰ੍ਹਾਂ ਦਾ ਮੌਸਮ ਹੋਵੇ, ਫਿਰ ਤਾਂ ਮੈਂ ਨਾਮ ਜਪ ਸਕਦਾ। ਅਤੇ ਜੇ ਕੋਈ ਸੁਵਿਧਾ ਦੇ ਵਿੱਚ ਘਾਟ ਆ ਗਈ ਤਾਂ ਅਸੀਂ ਸੰਗਤ ਵਿੱਚ ਨਹੀਂ ਜਾਂਦੇ, ਜਾਂ ਸਾਡੇ ਸੰਸਾਰੀ ਪਰਿਵਾਰ ਦੇ ਵਿੱਚ ਰਹਿੰਦਿਆਂ ਉਹਨਾਂ ਦੇ ਨਾਲ ਮੋਹ ਪਿਆਰ ਇੰਨਾ ਹੁੰਦਾ ਹੈ, ਅਸੀਂ ਸਭ ਤੋਂ ਪਹਿਲਾਂ ਆਪ ਦੇ ਪਰਿਵਾਰਕ ਕੰਮਾਂ ਨੂੰ ਤਰਜੀਹ ਦਿੰਦੇ ਹਾਂ, ਸੰਸਾਰੀ ਕੰਮਾਂ ਨੂੰ ਤਰਜੀਹ ਦਿੰਦੇ ਹਾਂ। ਜੇਕਰ ਸਮਾਂ ਹੋਵੇ ਤਾਂ ਅਸੀਂ ਸੰਗਤ ਵਿੱਚ ਆਉਂਦੇ, ਨਹੀਂ ਤਾਂ ਨਹੀਂ ਆਉਂਦੇ।
ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਜਿਹੜਾ ਇਹ ਵਿਕਾਰ ਨੇ, ਇਹ ਮਨ ਦਾ ਜਿਹੜਾ ਆਪਾ ਹੈ, ਇਹ ਆਪਾਂ ਨੂੰ ਨਾਮ ਦੇ ਵਿੱਚ ਬੜੀ ਵੱਡੀ ਰੁਕਾਵਟ ਹੈ। ਕਿਉਂਕਿ ਨਾਮ ਕੀ ਹੈ? ਮਹਾਰਾਜ ਨੇ ਗੁਰਬਾਣੀ ਦੇ ਵਿੱਚ ਨਾਮ ਬਾਰੇ ਦੱਸਿਆ। ਮਹਾਰਾਜ ਕਹਿੰਦੇ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਜਿਸ ਨਾਮ ਦੀ ਆਪਾਂ ਪ੍ਰਾਪਤੀ ਕਰਨੀ ਹੈ ਉਹ ਸੂਖਮ ਰੂਪ ਦੇ ਵਿੱਚ ਹੈ, ਉਹ ਅੱਖਰਾਂ ਦੇ ਵਿੱਚ ਨਹੀਂ ਹੈ। ਕੀ ਕਹਿੰਦੇ ਨੇ? ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ। ਕਿਉਂਕਿ ਜਿਹੜਾ ਨਾਮ ਲਿਖਣ ਪੜ੍ਹਨ ਵਿੱਚ ਆਉਂਦਾ ਹੈ ਉਹ ਭਾਸ਼ਾ ਦਾ ਨਾਮ ਹੈ। ਅਸੀਂ ਹਰੀ ਲਿਖ ਸਕਦੇ, ਵਾਹਿਗੁਰੂ ਲਿਖ ਸਕਦੇ, ਸਤਨਾਮ ਲਿਖ ਸਕਦੇ ਹਾਂ, ਅੱਲਾ ਲਿਖ ਸਕਦੇ, ਪਰ ਇਹ ਕਿਵੇਂ ਲਿਖਿਆ ਜਾਂਦਾ? ਸੰਸਾਰ ਦੀ ਭਾਸ਼ਾ ਨਾਲ, ਅੱਖਰਾਂ ਨਾਲ। ਪਰ ਆਪਾਂ ਦੇਖੀਏ ਵੀ ਅੱਖਰ ਨਾਸ਼ਵਾਨ ਨੇ, ਅੱਖਰ ਜਿਹੜੇ ਆ ਉਹ ਵੱਖੋ ਵੱਖਰੇ ਹੁੰਦੇ ਆ। 52 ਅੱਖਰ ਲੋਕ ਤ੍ਰੈ ਸਭ ਕਿਛ ਇਨ ਹੀ ਮਾਹੇ, ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਨ ਮੈਂ ਨਾਹੇ। ਅਤੇ ਮਹਾਰਾਜ ਕਹਿੰਦੇ ਜਿਹੜੀ ਚੀਜ਼ ਨਾਸ਼ਵੰਤ ਹੁੰਦੀ ਹੈ ਉਸ ਦੇ ਵਿੱਚ ਕਦੇ ਵੀ ਨਾਮ ਨਹੀਂ ਹੁੰਦਾ। ਮਹਾਰਾਜ ਨੇ ਤਾਂ ਕਿਹਾ ਕਿ ਜਦੋਂ ਸੰਸਾਰ ਦੀ ਪ੍ਰਗਤੀ ਹੁੰਦੀ ਹੈ ਉਹ ਤੋਂ ਨਾਮ ਸ਼ੁਰੂ ਹੁੰਦਾ ਹੈ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੰਸਾਰ ਦੀ ਬਣਨ ਤੋਂ, ਸੰਸਾਰ ਦੀ ਹੋਂਦ ਤੋਂ ਪਹਿਲਾਂ ਨਾਮ ਸ਼ੁਰੂ ਹੋ ਗਿਆ, ਅਤੇ ਸੰਸਾਰ ਭਾਵੇਂ ਸਾਰਾ ਖਤਮ ਹੋ ਜਾਵੇ ਨਾਮ ਚੱਲਦਾ ਰਹਿੰਦਾ। ਫਿਰ ਉਹ ਨਾਮ ਕਿਹੜਾ ਹੈ? ਮਹਾਰਾਜ ਕਹਿੰਦੇ ਉਹ ਅੱਖਰਾਂ ਦੇ ਵਿੱਚ ਨਾਮ ਨਹੀਂ ਹੈ। ਇਹ ਅੱਖਰਾਂ ਦਾ ਨਾਮ ਸਾਨੂੰ ਉਸ ਨਾਮ ਦੇ ਨਾਲ ਜੋੜਨ ਦੇ ਲਈ ਦਿੱਤਾ ਗਿਆ। ਉਹ ਨਾਮ ਨਾਦੀ ਹੈ, ਉਹ ਨਾਮ ਧੁਨਾਤਮਕ ਰੂਪ ਅਨਹਦ ਰੂਪ ਦੇ ਵਿੱਚ ਹੈ। ਉਸ ਦੇ ਬਾਰੇ ਗੁਰਬਾਣੀ ਗੁਰੂ ਜਪਜੀ ਸਾਹਿਬ ਵਿੱਚ ਕਿਹਾ, ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੈ ਨਾਦ। ਜਿਹੜੇ ਨਾਮ ਦੀ ਪ੍ਰਾਪਤੀ ਕਰਨ ਦੇ ਲਈ ਤੁਸੀਂ ਸੰਸਾਰ ਦੇ ਵਿੱਚ ਆਏ ਹੋ, ਕਿੱਥੋਂ ਆਏ ਆ? ਮਹਾਰਾਜ ਕਹਿੰਦੇ ਕਈ ਜੂਨਾਂ ਦੇ ਵਿੱਚੋਂ ਭਟਕਦੇ ਭਟਕਦੇ, ਜਨਮਾਂ ਦੇ ਵਿੱਚੋਂ ਹੁੰਦੇ ਦੁੱਖ ਸਹਿੰਦੇ, ਇਸ ਮਾਨਸ ਜਾਮੇ ਦੇ ਲਾਇਕ ਹੋਏ ਹਾਂ, ਇਸ ਮਾਨਸ ਜਾਮੇ ਤੱਕ ਪਹੁੰਚੇ, ਅਤੇ ਦੁਬਾਰਾ ਜੂਨਾਂ ਵਿੱਚ ਨਾ ਜਾਣਾ ਪਵੇ। ਹੁਣ ਇਸ ਮਾਨਸ ਜਾਮੇ ਤੋਂ ਬਾਅਦ ਸਿੱਧੇ ਆਪਦੇ ਘਰ ਚਲੇ ਜਾਈਏ, ਸੱਚਖੰਡ ਚਲੇ ਜਾਈਏ। ਉਹ ਪ੍ਰਕਾਸ਼ ਰੂਪੀ ਮਾਲਕ ਜਿਹਦੇ ਵਿੱਚੋਂ ਇਹ ਸਾਰਾ ਸੰਸਾਰ ਪ੍ਰਗਟ ਹੋਇਆ। ਕਿਉਂਕਿ ਬਾਣੀ ਕਹਿੰਦੀ ਸੰਸਾਰ ਕਿੱਥੋਂ ਪ੍ਰਗਟ ਹੋਇਆ? ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਨੂਰ ਕੀ ਹੁੰਦਾ? ਪ੍ਰਕਾਸ਼। ਅਵਲ ਤੋਂ ਮਤਲਬ ਹੁੰਦਾ ਹੈ ਸਭ ਤੋਂ ਪਹਿਲਾਂ, ਦੂਜਾ ਮਤਲਬ ਹੁੰਦਾ ਹੈ ਉਹਨਾਂ ਨੇ ਆਪ ਮਰਜ਼ੀ ਕਰਕੇ, ਸਭ ਤੋਂ ਪਹਿਲਾਂ ਆਪ ਦੀ ਮਰਜ਼ੀ ਦੇ ਨਾਲ ਨੂਰ ਦੇ ਵਿੱਚੋਂ, ਪ੍ਰਕਾਸ਼ ਦੇ ਵਿੱਚੋਂ ਸਾਰਾ ਸੰਸਾਰ ਪ੍ਰਗਟ ਕੀਤਾ। ਕੁਦਰਤ ਦੇ ਆਪਾਂ ਉਸੇ ਦੇ ਬਣਾਏ ਹੋਏ ਗਿਆਨ ਮੁਤਾਬਕ ਆਪਾਂ ਇੱਥੇ ਚੱਲ ਰਹੇ।
ਹੁਣ ਇੱਥੋਂ ਆਪਾਂ ਨੂੰ ਇਹ ਪਤਾ ਲੱਗ ਗਿਆ ਆਪਣਾ ਸਾਰਿਆਂ ਦਾ ਮੂਲ ਜਿਹੜਾ ਜਿਹੜੀ ਆਪਣੀ ਜੜ੍ਹ ਹੈ ਉਹ ਪ੍ਰਕਾਸ਼ ਹੈ। ਆਪਾਂ ਸਾਰੇ ਨੂਰ ਦੇ ਵਿੱਚੋਂ ਪ੍ਰਕਾਸ਼ ਦੇ ਵਿੱਚੋਂ ਪ੍ਰਗਟ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹੜਾ ਨਾਮ ਹੈ ਉਹ ਵੀ ਅੱਖਰਾਂ ਵਿੱਚ ਨਹੀਂ ਹੈ। ਅੱਖਰਾਂ ਦਾ ਨਾਮ ਇਸ ਕਰਕੇ ਜਪਿਆ ਜਾਂਦਾ ਜਿਸ ਤਰ੍ਹਾਂ ਆਪਾਂ ਵਾਹਿਗੁਰੂ ਦਾ ਜਾਪ ਕਰਦੇ ਹਾਂ, ਰਾਮ ਦਾ ਜਾਪ ਕਰਦੇ, ਹਰੀ ਦਾ ਜਾਪ ਕਰਦੇ, ਉਹ ਤਾਂ ਜਪਿਆ ਜਾਂਦਾ ਹੈ ਤਾਂ ਕਿ ਸਾਡਾ ਧਿਆਨ ਥਿਰ ਹੋ ਜਾਵੇ, ਮਤ ਥਿਰ ਹੋ ਜਾਵੇ, ਜਿਹੜੀ ਸੁਰਤ ਹੈ ਉਹ ਵਿਚਾਰਾਂ ਤੋਂ ਰਹਿਤ ਹੋਵੇ ਅਤੇ ਫਿਰ ਅਸੀਂ ਸੁੰਨ ਦੇ ਵਿੱਚ ਸਹਿਜ ਦੇ ਵਿੱਚ ਆਸਣ ਕਰਕੇ ਬੈਠ ਸਕੀਏ। ਉਹ ਜਿਹੜਾ ਨਾਮ ਹੈ ਉਹ ਕਹਿੰਦੇ ਤਿਸ ਰੂਪ ਨਾਰੇਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀ ਆ। ਉਹ ਅਨਹਦ ਰੂਪ ਦੇ ਵਿੱਚ ਫਿਰ ਸੁਣਦਾ ਹੈ। ਜਿਹੜਾ ਜੀਵ ਮਾਨਸ ਜਾਮੇ ਦੇ ਵਿੱਚ ਆ ਕੇ ਅਨਹਦ ਨਾਮ ਦੀ ਪ੍ਰਾਪਤੀ ਕਰਦਾ ਹੈ, ਅਨਹਦ ਨਾਮ ਨੂੰ ਸਰਵਣ ਕਰਕੇ ਉਸ ਦੇ ਵਿੱਚੋਂ ਜੋ ਅੰਮ੍ਰਿਤ ਰਸ ਪ੍ਰਗਟ ਹੁੰਦਾ ਹੈ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹ ਜਨਮ ਅਤੇ ਮਰਨ ਤੋਂ ਰਹਿਤ ਹੋ ਜਾਂਦਾ ਹੈ। ਉਸ ਮਨ ਨੂੰ ਦੁਬਾਰੇ 84 ਲੱਖ ਦੀ ਜੂਨ ਵਿੱਚ ਨਹੀਂ ਭੇਜਿਆ ਜਾਂਦਾ ਕਿਉਂਕਿ ਉਸਨੇ ਇਸ ਮਾਇਆ ਦੇ ਰਸ ਕਸ ਤੋਂ ਸੰਸਾਰ ਤੋਂ ਉੱਪਰ ਉੱਠ ਕੇ ਮਾਨਸ ਜਾਮੇ ਦੇ ਵਿੱਚ ਮਿਹਨਤ ਕੀਤੀ, ਇਹ ਉਸਦੀ ਵਡਿਆਈ ਸਮਝੀ ਜਾਂਦੀ। ਬਾਕੀ ਸੰਸਾਰ ਜਦੋਂ ਜਿਵੇਂ ਜਿਵੇਂ ਕਿਸ ਨੂੰ ਮਨੁੱਖੀ ਜਾਮਾ ਮਿਲਦਾ, ਜਿਵੇਂ ਵੀ ਇੱਥੇ ਅਹੁਦੇ ਮਿਲਦੇ ਨੇ, ਉਹ ਆਪੋ ਆਪਣੇ ਅਹੁਦਿਆਂ ਦੇ ਵਿੱਚ ਬਿਜ਼ੀ ਹੋ ਜਾਂਦੇ। ਕੋਈ ਖੇਤੀ ਕਰਦਾ, ਕੋਈ ਵਪਾਰ ਕਰਦਾ, ਕੋਈ ਨੌਕਰੀ ਕਰਦਾ, ਆਪੋ ਆਪਦੇ ਕੰਮ ਦੇ ਵਿੱਚ ਇੰਨਾ ਵਿਅਸਤ ਹੋ ਜਾਂਦੇ ਆ, ਉਹਨਾਂ ਨੂੰ ਇਹ ਪਤਾ ਹੀ ਨਹੀਂ ਰਹਿੰਦਾ, ਭੇਤ ਹੀ ਨਹੀਂ ਰਹਿੰਦਾ ਵੀ ਮਾਨਸ ਜਾਮਾ ਜਿਹੜਾ ਹੈ ਉਹ ਗਿਣਤੀ ਦੇ ਸਵਾਸਾਂ ਨਾਲ ਮਿਲਿਆ ਹੋਇਆ ਅਤੇ ਇਹ ਗਿਣਤੀ ਕਿਸੇ ਵੀ ਵਕਤ ਖਤਮ ਕੀਤੀ ਜਾ ਸਕਦੀ ਹੈ। ਅਤੇ ਜੇ ਗਿਣਤੀ ਖਤਮ ਹੋਣ ਤੋਂ ਪਹਿਲੋਂ ਪਹਿਲੋਂ ਸਾਡਾ ਸੱਚ ਦੇ ਨਾਲ ਮਿਲਾਪ ਨਾ ਹੋਇਆ, ਅਸੀਂ ਪਹਿਚਾਣ ਨਾ ਕਰ ਸਕੇ, ਨਾਮ ਦੇ ਨਾਲ ਮਿਲਾਪ ਨਾ ਹੋਇਆ, ਅਸੀਂ ਪਹਿਚਾਣ ਨਾ ਕਰ ਸਕੇ, ਅਤੇ ਮਹਾਰਾਜ ਕਹਿੰਦੇ ਨੇ ਖੇਡ ਜਿਹੜੀ ਹੈ ਉਹ ਧਿਆਨ ਦੀ ਹੈ, ਧਿਆਨ ਕੌਨਸ਼ੀਅਸਨੈਸ। ਫਿਰ ਜਿੱਥੇ ਧਿਆਨ ਹੁੰਦਾ ਹੈ ਉੱਥੇ ਮਨ ਨੂੰ ਦੁਬਾਰਾ ਉਸੇ ਆਕਾਰ ਅਤੇ ਜੂਨ ਦੇ ਨਾਲ ਜੋੜ ਦਿੱਤਾ ਜਾਂਦਾ, ਕਿਉਂਕਿ ਜਿਹੜਾ ਮਨ ਹੈ ਉਹ ਜੋਤ ਸਰੂਪ ਹੈ। ਜੋਤ ਕੀ ਹੁੰਦਾ ਹੈ? ਪ੍ਰਕਾਸ਼ ਸਰੂਪ ਹੈ, ਸੂਖਸ਼ਮ ਹੈ, ਸੰਸਾਰ ਦੀਆਂ ਅੱਖਾਂ ਦੇ ਨਾਲ ਮਨ ਨਹੀਂ ਦਿਖਦਾ। ਜਿਹੜਾ ਸਰੀਰ ਹੈ ਇਹ ਦ੍ਰਿਸ਼ਟਮਾਨ ਪੰਜਾਂ ਤੱਤਾਂ ਦਾ ਬਣਿਆ, ਪੌਣ ਪਾਣੀ ਅਗਨੀ ਧਰਤੀ ਆਕਾਸ਼। ਜੋ ਇਸ ਸਰੀਰ ਨੂੰ ਚਲਾ ਰਿਹਾ ਮਨ ਹੈ ਉਹ ਆਪਣਾ ਅਸਲ ਰੂਪ ਹੈ। ਆਪਾਂ ਸਾਰੇ ਜਿੰਨੇ ਗੁਰੂ ਘਰ 'ਚ ਇਸ ਵਕਤ ਬੈਠੇ, ਨਾ ਆਪਾਂ ਮੇਲ ਹੈ ਨਾ ਫੀਮੇਲ ਹੈ, ਆਪਾਂ ਇਸਤਰੀ ਮਰਦ ਨਹੀਂ ਹੈਗੇ। ਜੋ ਆਪਣਾ ਗੁਰਮਤ ਦੇ ਮੁਤਾਬਕ, ਗੁਰਬਾਣੀ ਦੇ ਮੁਤਾਬਕ ਅਸਲ ਰੂਪ ਦੱਸਿਆ ਹੋਇਆ, ਆਪਾਂ ਸਾਰੇ ਜੋਤ ਸਰੂਪੀ ਮਨ ਹੈ। ਆਪਣੇ ਉੱਪਰ ਸਤਿਗੁਰ ਨੇ ਕਿਰਪਾ ਕਰਕੇ ਆਪਾਂ ਨੂੰ ਇਹ ਮਾਨਸ ਜਾਮਾ ਬਖਸ਼ਿਆ, ਇਹ ਜੂਨ ਦਿੱਤੀ ਹੋਈ ਹੈ। ਆਪਾਂ ਇਸ ਵਕਤ ਜੂਨਾਂ ਦੇ ਵਿੱਚ ਹੈ, ਪਰ ਸਾਡਾ ਰੂਪ ਕੀ ਹੈ? ਸਾਡਾ ਰੂਪ ਹੈ ਪ੍ਰਕਾਸ਼। ਆਪਾਂ ਸਾਰੇ ਸੂਖਸ਼ਮ ਅਤੇ ਜਿਹੜੀ ਜੋਤ ਸਰੂਪੀ ਮਨ ਹੁੰਦਾ ਹੈ ਉਹ ਮੇਲ ਜਾਂ ਫੀਮੇਲ ਨਹੀਂ ਹੁੰਦਾ, ਜੋਤ ਜੋਤ ਹੀ ਹੁੰਦੀ ਹੈ। ਉਹ ਇੱਕ ਆਕਾਰ ਹੈ, ਚਿਹਰਾ ਹੈ,
ਆਪਣੇ ਸਾਰਿਆਂ ਦੇ ਉੱਪਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਆਪਾਂ ਨੂੰ ਆ ਜੂਣ ਦਿੱਤੀ ਹੈ। ਇਹ ਜੂਣ ਹੈ, ਇਹਦੇ ਵਿੱਚ ਆਪਾਂ ਥੋੜ੍ਹਾ ਸਮਾਂ ਖੇਡਣਾ, ਇਹਦੇ ਵਿੱਚ ਵਿਚਾਰ ਵੀ ਆਉਂਦੇ, ਇਹ ਹਾਵ ਭਾਵ ਦੇ ਵਿੱਚ ਵੀ ਹੈ। ਔਰ ਇਸ ਜੂਣ ਨੂੰ, ਇਸ ਮਨ ਸਜਾਮੇ ਨੂੰ ਚਲਾਉਣ ਦੇ ਲਈ, ਇਹਦਾ ਸਮਾਂ ਬਤੀਤ ਕਰਾਉਣ ਦੇ ਲਈ ਆਪਾਂ ਨੂੰ ਸੱਚੇ ਪਾਤਸ਼ਾਹ ਨੇ ਰਿਜ਼ਕ ਵੀ ਦਿੱਤਾ ਹੈ। ਇਹ ਨਹੀਂ ਕਿ ਇਕੱਲਾ ਸਾਨੂੰ ਜੂਣ ਦੇ ਕੇ ਦੁਨੀਆਂ ਵਿੱਚ ਸਿੱਟ ਦਿੱਤਾ, ਇਹਨੂੰ ਚਲਾਉਣ ਦੇ ਲਈ, ਇਹਦਾ ਬੈਲੈਂਸ ਕਰਨ ਦੇ ਲਈ ਜਿੰਨੀ ਕੁ ਸਾਡੇ ਕੋਲ ਪਿੱਛੇ ਸਿਮਰਨ ਦੀ ਪੂੰਜੀ ਸੀ, ਪੁੰਨਾਂ ਦੀ ਪੂੰਜੀ ਸੀ, ਪਾਪਾਂ ਦੀ ਪੂੰਜੀ ਸੀ, ਉਹਦੇ ਮੁਤਾਬਕ ਸਾਨੂੰ ਰਿਜ਼ਕ ਵੀ ਦੇ ਦਿੱਤਾ। ਜਿਵੇਂ ਦਾ ਸਾਡਾ ਧਿਆਨ ਸੀ, ਜੇ ਕੋਈ ਬਿਜ਼ਨਸ ਕਰਦਾ ਹੈ, ਉਹਦੀ ਪਤਾ ਨਹੀਂ ਕਿੰਨੇ ਕੁ ਜਨਮਾਂ ਤੋਂ ਉੱਧਰਲੇ ਪਾਸੇ ਹੀ ਧਿਆਨ ਹੁੰਦਾ, ਵਪਾਰ ਵਿੱਚ ਉਹਨੂੰ ਸੰਸਾਰੀ ਤੌਰ 'ਤੇ ਬਿਜ਼ਨਸ ਦਿੱਤਾ ਜਾਂਦਾ, ਕੋਈ ਖੇਤੀ ਕਰਦਾ, ਵੱਖੋ ਵੱਖਰੇ ਇੱਥੇ ਸੰਸਾਰੀ ਪ੍ਰੋਫੈਸ਼ਨ। ਇਸ ਕਰਕੇ ਆਪਾਂ ਸਾਰੇ ਜੋਤ ਸਰੂਪੀ ਮਨ, ਆਪਣੇ ਉੱਪਰ ਸਤਿਗੁਰ ਨੇ ਕਿਰਪਾ ਕੀਤੀ, ਆਪਾਂ ਨੂੰ ਉਹਨਾਂ ਜੂਨਾਂ ਵਿੱਚੋਂ ਕੱਢ ਕੇ ਮਨ ਸਜਾਮੇ ਦੀ ਜੂਨ ਵਿੱਚ ਪਾਇਆ, ਅਤੇ ਗਿਣਤੀ ਦੇ ਨਾਲ ਥੋੜ੍ਹੇ ਸ਼ੋਰਟ ਟਾਈਮ ਦੇ ਲਈ, ਸ਼ੋਰਟ ਟੂ ਸ਼ੋਰਟ ਇਹ ਕਰਤਾ, ਸਵਾਸਾਂ ਦੀ ਗਿਣਤੀ ਦਿੱਤੀ ਹੋਈ ਹੈ, ਇਹਨੂੰ ਵੀ ਦੋ ਭਾਗਾਂ ਦੇ ਵਿੱਚ ਡਿਵਾਈਡ ਕਰ ਦਿੱਤਾ ਹੈ। ਸਵੇਰ ਦੇ ਸਮੇਂ ਆਪਾਂ ਸਰੀਰ ਦੇ ਨਾਲ ਜੁੜ ਕੇ ਚੱਲਦੇ ਹਾਂ, ਕੰਮ ਕਰਦੇ ਹਾਂ, ਸੋਚਦੇ ਹਾਂ, ਫਿਕਰਾਂ ਆਉਂਦੀਆਂ, ਅਤੇ ਰਾਤ ਸਮੇਂ ਇਸ ਸਰੀਰ ਤੋਂ ਸਾਨੂੰ ਵੱਖ ਕਰ ਦਿੱਤਾ ਜਾਂਦਾ ਹੈ। ਬੇਸ਼ੱਕ ਸਾਡਾ ਸੰਪਰਕ ਸਰੀਰ ਦੇ ਨਾਲ ਹੀ ਰਹਿੰਦਾ, ਪਰ ਰਾਤ ਨੂੰ ਸਾਨੂੰ ਇਸ ਸਰੀਰ ਤੋਂ ਵੱਖ ਕਰ ਦਿੱਤਾ ਜਾਂਦਾ ਹੈ। ਇੰਨੇ ਪਿਆਰ ਦੇ ਨਾਲ ਖਿਡਾਉਂਦੇ ਪਏ ਨੇ ਕਿ ਇਹਨੂੰ ਕੋਈ ਫਿਕਰ ਨਾ ਲੱਗੇ, ਇਹਦੇ ਉੱਪਰ ਕੋਈ ਬੋਝ ਨਾ ਆਵੇ, ਇਹ ਸੰਸਾਰ ਦਾ ਵਜਨ ਨਾ ਚੁੱਕ ਲਵੇ। ਦਿਵਸ ਰਾਤ ਦੁਇਦਾਈ ਦਾਇਆ ਖਿਲ ਹੈ ਸਗਲ ਜਗਤ, ਸਾਡੀ ਉਮਰ ਨੂੰ ਅੱਧੋ ਅੱਧ ਵੰਡ ਦਿੱਤਾ, ਅਤੇ ਜੇਕਰ ਕੋਈ 60 ਸਾਲ ਦੀ ਉਮਰ ਹੈ, ਉਹਦੇ ਵਿੱਚੋਂ ਸਿਰਫ ਅਸੀਂ 30-35 ਸਾਲ ਹੀ ਸੰਸਾਰ ਵਿੱਚ ਬਿਤਾਉਂਦੇ ਹਾਂ, ਬਾਕੀ ਸੁੰਨ ਵਿੱਚ, ਸਹਿਜ ਵਿੱਚ, ਜਿਹਨੂੰ ਅਸੀਂ ਨੀਂਦ ਕਹਿੰਦੇ ਹਾਂ, ਉਹਦੇ ਵਿੱਚ ਬਿਤਾਉਂਦੇ ਹਾਂ। ਬਹੁਤ ਥੋੜ੍ਹਾ ਸਮਾਂ ਦਿੱਤਾ ਹੈ। ਉਹਦੇ ਵਿੱਚ ਵੀ ਆਪਾਂ ਨੂੰ ਕਿਹਾ ਵੀ ਤੁਸੀਂ ਹੁਣ ਸਿਮਰਨ ਨਾਲ ਰਾਮ ਨਾਮ ਦੀ ਖੋਜ ਕਰਕੇ ਖੇਡੋ, ਜੇ ਤੁਸੀਂ ਨਾਮ ਤੋਂ ਬਿਨਾਂ ਜੀਵਨ ਵਿੱਚ ਚੱਲੇ, ਧਿਆਨ ਦਾ ਖੇਲ, ਜੇ ਧਿਆਨ ਬਦਲ ਗਿਆ, ਫੁਰਨਿਆਂ ਵਿੱਚ ਚੱਲ ਗਿਆ, ਸੰਸਾਰ ਵਿੱਚ ਜਦੋਂ ਆਪਾਂ ਕਰਮ ਕਰਦੇ ਹਾਂ, ਕਰਮ ਵਿੱਚ ਕਈ ਵਾਰੀ ਘਾਟਾ ਪੈ ਜਾਂਦਾ, ਮਨ ਵਿੱਚ ਕ੍ਰੋਧ ਆ ਜਾਂਦਾ, ਕਰਮ ਵਿੱਚ ਕਈ ਵਾਰੀ ਸਾਨੂੰ ਸਕਸੈਸ ਨਹੀਂ ਮਿਲਦਾ, ਸਾਡਾ ਮਨ ਡਿਜ਼ਾਇਰਸ ਵਿੱਚ ਚੱਲਿਆ ਜਾਂਦਾ, ਆਸਾ ਮਨਸਾ ਵਿੱਚ ਜਾਂਦਾ, ਸਟ੍ਰੈਸ ਵਿੱਚ ਜਾਂਦਾ ਵੀ ਮੇਰਾ ਕੰਮ ਕਿਉਂ ਨਹੀਂ ਬਣਿਆ। ਜਦੋਂ ਸੰਸਾਰ ਦੇ ਚੱਲਦੇ ਹੋਏ ਕਰਮ ਦੇ ਵਿੱਚ ਮਨ ਕਿੰਤੂ ਪਰੰਤੂ ਕਰਦਾ, ਚੱਲਦੇ ਹੋਏ ਕੰਮ ਦੇ ਵਿੱਚ ਮਨ ਆਪ ਦੀਆਂ ਸਲਾਹਾਂ ਦੇਣ ਲੱਗ ਜਾਂਦਾ, ਉਹਨੂੰ ਕਹਿੰਦੇ ਨੇ ਇਹ ਮਾਇਆ ਦੇ ਵੱਸ ਹੋ ਗਿਆ, ਇਹ ਫਸ ਗਿਆ। ਜਦੋਂ ਅਸੀਂ ਚੱਲਦੇ ਹੋਏ ਕੰਮ ਦੇ ਵਿੱਚ ਕਿੰਤੂ ਪਰੰਤੂ ਕਰਾਂਗੇ, ਸਾਡਾ ਗੁਰੂ ਦੇ ਪ੍ਰਤੀ ਵਿਸ਼ਵਾਸ ਉੱਠ ਜਾਂਦਾ। ਅਸੀਂ ਕਹਿੰਦੇ ਮੈਨੂੰ ਆਹ ਦੁੱਖ ਕਿਉਂ ਆਏ, ਮੇਰਾ ਕਰਮ ਕਿਉਂ ਨਹੀਂ ਬਣਿਆ, ਮੈਂ ਇੱਥੋਂ ਕਿਵੇਂ ਨਿਕਲਾਂ, ਮੈਨੂੰ ਹੋਰ ਵੱਧ ਕਿਵੇਂ ਮਿਲੇ। ਉਸ ਵਕਤ ਸਾਡੇ ਮਨ ਨੂੰ ਉਹ ਜਿਹੜੇ ਵਿਚਾਰ ਆ ਰਹੇ ਹੈ, ਮਹਾਰਾਜ ਇਹਨੂੰ ਅਗਨ ਕਹਿੰਦੇ, ਕਹਿੰਦੇ ਜਿਹੜੇ ਉਹ ਫੁਰਨੇ ਤੁਹਾਨੂੰ ਅੰਦਰੋਂ ਆਉਂਦੇ ਹੈ, ਲਸਟ ਆਉਂਦੀ ਹੈ, ਡਿਜ਼ਾਇਰਸ ਆਉਂਦੇ ਹੈ, ਤੁਹਾਡੇ ਉੱਤੇ ਸਟ੍ਰੈਸ ਬਣ ਗਿਆ, ਉਹ ਅਗਨ। ਜੈਸੀ ਅਗਨ ਉਧਰ ਮਾਹੇ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ।
ਜਾਤ ਦੇ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਉਹਨਾਂ ਦੀ ਸਾਡੇ ਉੱਪਰ ਕਿਰਪਾ ਹੋਈ, ਉਹਨਾਂ ਨੇ ਸਾਨੂੰ ਪਤਾ ਨਹੀਂ ਕਿਹੋ ਕਿਹੋ ਜਿਹੀਆਂ ਜੂਨਾਂ ਦੇ ਵਿੱਚੋਂ ਬੜੀ ਕਿਰਪਾ ਕਰਕੇ ਕੱਢ ਕੇ ਲਿਆਂਦਾ ਅਤੇ ਇੱਕ ਬੜੀ ਸੋਹਣੀ ਜੂਨ ਦਿੱਤੀ ਹੈ। ਮਨੁੱਖੀ ਜਾਮਾ ਦਿੱਤਾ, ਕਿਸੇ ਨੂੰ ਮੇਲ ਬਣਾਤਾ, ਕਿਸੇ ਨੂੰ ਫੀਮੇਲ ਬਣਾਤਾ, ਜੋਤ ਵਿੱਚ ਇੱਕ ਹੈ। ਫਿਰ ਸਾਨੂੰ ਰਿਜ਼ਕ ਦਿੱਤਾ ਹੈ, ਸਾਨੂੰ ਘਰ ਦਿੱਤਾ ਹੈ, ਸਾਨੂੰ ਪਰਿਵਾਰ ਦਿੱਤਾ ਹੈ, ਜਿੰਨੇ ਕੁ ਯੋਗੇ ਅਸੀਂ ਹੈਗੇ ਸੀ ਸਾਨੂੰ ਸਭ ਦਿੱਤਾ। ਕਿਉਂ ਦਿੱਤਾ ਹੈ? ਕਹਿੰਦੇ ਹੁਣ ਤੂੰ ਆਪ ਦਾ ਅੱਗਾ ਸੁਧਾਰ ਸਕਦਾ ਹੈ, ਅੱਗਾ ਸੁਧਾਰ ਸਕਦਾ ਹੈ, ਅਤੇ ਜੇਕਰ ਤੂੰ ਅੱਗਾ ਨਾ ਸੁਧਾਰਿਆ, ਨਾਮ ਦੀ ਪ੍ਰਾਪਤੀ ਨਾ ਕੀਤੀ, ਇਹ ਜੂਨ ਕੋਈ ਮੈਂ ਤੈਨੂੰ ਪੱਕੀ ਨਹੀਂ ਦੇ ਦਿੱਤੀ, ਗਿਣਤੀ ਦੇ ਸਮੇਂ ਵਿੱਚ ਦਿੱਤੀ ਹੈ, ਜਦੋਂ ਸਮਾਂ ਖਤਮ ਹੋ ਗਿਆ, ਜੇ ਨਾਮ ਦੀ, ਨਿੱਜ ਘਰ ਦੀ, ਮਹਿਲ ਦੀ ਪਹਿਚਾਣ ਨਾ ਹੋਈ, ਵਾਪਸ ਤੈਨੂੰ ਉਹਨਾਂ ਜੂਨਾਂ ਵਿੱਚ ਦੁਬਾਰਾ ਮੁੜਨਾ ਪਏਗਾ। ਤੇਰੇ ਮਨ ਨੂੰ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ, ਫਿਰ ਕਾਇਆ ਪਲਟ ਦਿੱਤੀ ਜਾਏਗੀ। ਅਤੇ ਹੁਣ ਮਹਾਰਾਜ ਕੀ ਕਹਿੰਦੇ, ਕਿਵੇਂ ਫਿਰ? ਕਹਿੰਦੇ ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ, ਨਿੱਜ ਘਰ ਮਹਿਲ ਪਾਵੋ, ਸੁਖ ਸਹਿਜੇ ਬਹੁਰ ਨ ਹੋਈ ਗੋ। ਹੁਣ ਨਿੱਜ ਘਰ ਅਤੇ ਮਹਿਲ ਦੀ ਪਹਿਚਾਣ ਕਰ ਲੈ, ਉਹ ਕਿੱਥੇ ਹੈ, ਉਹ ਨਾਮ ਕਿੱਥੇ ਹੈ? ਮਹਾਰਾਜ ਕਹਿੰਦੇ ਵੀ ਹੁਣ ਜਿਹੜਾ ਨਾਮ ਹੈ ਉਹ ਨਿੱਜ ਘਰ ਮਹਿਲ ਹੈ, ਉਹ ਸੂਖਸ਼ਮ ਹੈ। ਸੂਖਸ਼ਮ ਤੋਂ ਭਾਵ ਉਹ ਬਾਹਰ ਸੰਸਾਰ ਦੇ ਵਿੱਚ ਨਹੀਂ ਤੈਨੂੰ ਕਿਤੇ ਲੱਭੇਗਾ, ਇਸੇ ਸਰੀਰ ਦੇ ਵਿੱਚ। ਕਿਉਂਕਿ ਮਾਨਸ ਜਾਮੇ ਨੂੰ ਬੜਾ ਉੱਤਮ ਦੱਸਿਆ, ਇਸੇ ਸਰੀਰ ਦੇ ਅੰਦਰ ਹੀ ਨਾਮ ਦਾ ਪ੍ਰਬੰਧ ਵੀ ਕਰ ਦਿੱਤਾ ਹੈ, ਇਸੇ ਸਰੀਰ ਦੇ ਵਿੱਚ ਨਿੱਜ ਘਰ ਵੀ ਹੈ, ਇਸੇ ਸਰੀਰ ਦੇ ਵਿੱਚ ਤੂੰ ਮੇਰੇ ਦਰਸ਼ਨ ਵੀ ਕਰ ਸਕਦਾ ਹੈ। ਬਾਹਰ ਕਿਤੇ ਜਾਣ ਦੀ ਹੁਣ ਲੋੜ ਨਹੀਂ, ਕਿਉਂਕਿ ਬਾਹਰ ਬਹੁਤ ਸਮਾਂ ਆਪਾਂ ਭੋਗ ਲਿਆ, 84 ਲੱਖ ਜੂਨਾਂ ਜਿਹੜੀਆਂ ਨੇ ਉਹਨਾਂ ਵਿੱਚ ਆਪਾਂ ਕਰਮ ਹੀ ਕਰਦੇ ਰਹੇ ਹਾਂ, ਉੱਥੇ ਆਪਾਂ ਦੁਨਿਆਵੀ ਕੰਮ ਹੀ ਕਰਦੇ ਰਹੇ ਹਾਂ, ਬੱਚੇ ਪਾਲਦੇ ਰਹੇ ਹਾਂ, ਆਲ੍ਹਣੇ ਬਣਾਉਂਦੇ ਰਹੇ, ਖੁੱਡਾਂ 'ਚ ਰਹਿੰਦੇ ਰਹੇ, ਪਰਿਵਾਰ ਵਿੱਚ ਰਹਿੰਦੇ ਰਹੇ, ਉੱਥੇ ਕੋਈ ਸੰਗਤ ਤਾਂ ਕੀਤੀ ਨਹੀਂ, ਉੱਥੇ ਕੋਈ ਸੰਸਾਰੀ ਕੰਮ ਤਾਂ ਕੀਤਾ ਨਹੀਂ, ਉੱਥੇ ਵੀ ਪੁੰਨ ਦਾਨ ਕਰਦੇ ਰਹੇ। ਕਿਉਂਕਿ 4 ਖਾਣੀਆਂ ਨੇ, 4 ਖਾਣੀਆਂ ਦੇ ਵਿੱਚ 84 ਲੱਖ ਜੂਨ ਹੈ। ਮਹਾਰਾਜ ਕਹਿੰਦੇ 1,84,000 ਜੂਨ ਸਬਾਈ ਮਾਨਸ ਕੋ ਪ੍ਰਭਦੀ ਵਡਿਆਈ। ਜੇ ਰੁੱਖ ਬਣਾ ਦਿੱਤਾ, ਦੂਜਿਆਂ ਨੂੰ ਛਾਂ ਦਿੰਦੇ ਰਹੇ, ਦੂਜਿਆਂ ਨੂੰ ਫਲ ਦਿੰਦੇ ਰਹੇ, ਦੂਜਿਆਂ ਨੂੰ ਆਕਸੀਜਨ ਦਿੰਦੇ ਰਹੇ, ਆਪ ਦਾ ਫਲ ਖਾਧਾ ਨਹੀਂ। ਜੇ ਚਿੜੀਆਂ ਕੀੜੀਆਂ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਪਰ ਬਿਰਖ ਜੋਇਓ, ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨਾਂ 'ਚ। ਕਹਿੰਦੇ ਤੁਸੀਂ ਬਾਹਰ ਮੁਖੀ ਰਹੇ ਹੋ, ਬਾਹਰ ਹੀ ਧਿਆਨ ਰਿਹਾ, ਹੁਣ ਇਹ ਮਾਨਸ ਜਾਮਾ ਦਿੱਤਾ, ਇਹਦੇ ਵਿੱਚ ਨਾਮ ਦੀ ਪ੍ਰਾਪਤੀ ਕਰਨੀ, ਅਤੇ ਨਾਮ ਕਹਿ ਦਿੱਤਾ ਅਨਹਦ ਰੂਪ ਹੈ। ਇਹ ਨਾ ਹੋਵੇ ਸਿਰਫ ਇੱਥੋਂ ਤੱਕ ਹੀ ਸੀਮਤ ਰਹਿ ਜਾਈਏ, ਪੜ੍ਹ ਲਿਆ ਮਾਲਾ ਫੇਰ ਲਈ, ਅੰਦਰ ਦੀ ਖੋਜ ਹੀ ਨਾ ਕਰੀਏ। ਅਨਹਦ ਰੂਪ ਹੈ, ਆਪਾਂ ਰੋਜ਼ ਸੁਣਦੇ ਹਾਂ, ਅਨਹਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ। ਉਹ ਅਨਹਦ ਜਿਹੜਾ ਨਾਮ ਹੈ ਉਹ ਕਿੱਥੇ ਚੱਲਦਾ? ਕਹਿੰਦੇ ਘੱਟ ਘੱਟ ਵਿੱਚ ਚੱਲਦਾ ਪਿਆ, ਇਸ ਸਰੀਰ ਦੇ ਵਿੱਚ ਚੱਲਦਾ ਪਿਆ। ਅਤੇ ਕਿਵੇਂ ਸੁਣੀਏ? ਕਹਿੰਦੇ ਨੌ ਦਰ ਠਾਕੇ ਧਾਵਤ ਰਹਾਏ, ਦਸਵੇਂ ਨਿੱਜ ਘਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣੇ ਆ। ਮਹਾਰਾਜ ਕਹਿੰਦੇ 9 ਦਰਵਾਜ਼ਿਆਂ ਤੋਂ ਧਿਆਨ ਪਾਸੇ ਕਰੋ, ਫਿਰ ਤੁਹਾਨੂੰ ਅਨਹਦ ਸੁਣੇਗਾ। 9 ਦਰਵਾਜ਼ੇ ਕਿਹੜੇ ਆ?
ਆਹ ਦੋ ਅੱਖਾਂ, ਦੋ ਕੰਨ, ਦੋ ਨਾਸਕਾ, ਮੁੱਖ, ਦੋ ਮਲਮੂਤ ਇੰਦਰੇ, ਨੌ ਦਰ ਠਾਕੇ ਧਾਵਤ ਰਹਾਏ। ਟੈਂਪਰੇਰੀ ਤੌਰ 'ਤੇ ਇੱਕ ਵਾਰ ਧਿਆਨ ਇਹਨਾਂ ਤੋਂ ਪਿੱਛੇ ਕਰਕੇ ਦੇਖੋ। ਦਸਵੇਂ ਨਿੱਜ ਘਰ ਵਾਸਾ ਪਾਏ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਈ ਗੋ ਫੇਰਾ। ਇਹ ਪੜ੍ਹਦੇ ਹਾਂ ਨਾ, ਅਤੇ ਨਿੱਜ ਘਰ ਦੇ ਵਿੱਚ ਕਿਵੇਂ ਵਾਸਾ ਪਾਉਣਾ? ਨੌ ਦਰ ਠਾਕੇ ਧਾਵਤ ਰਹਾਏ, ਦਸਵੇਂ ਨਿੱਜ ਘਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਨਾਮਣੇ। ਅਨਹਦ ਸ਼ਬਦ ਕਿੱਥੇ ਵੱਜਦਾ? ਦਸਵੇਂ ਘਰ 'ਚ ਵੱਜਦਾ, ਨਿੱਜ ਘਰ ਵਿੱਚ ਵੱਜਦਾ। ਅਤੇ ਜਿਨ੍ਹਾਂ ਦਾ ਨਿੱਜ ਘਰ ਵਿੱਚ ਵਾਸਾ ਹੋ ਗਿਆ, ਭਾਵ ਨੌ ਦਰਵਾਜ਼ਿਆਂ ਤੋਂ ਉੱਪਰ ਉੱਠ ਕੇ ਸ਼ਬਦ ਦਾ ਅਭਿਆਸ ਕਰਕੇ, ਸੰਤਾਂ ਦਾ ਸੰਗ ਕਰਕੇ ਜਿਨ੍ਹਾਂ ਨੇ ਉਹ ਪ੍ਰਾਪਤੀ ਕਰ ਲਈ, ਉਹ ਕਹਿੰਦੇ ਫਿਰ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਈ ਗੋ, ਉਹ ਫਿਰ ਜਨਮ ਮਰਨ ਤੋਂ ਰਹਿਤ ਹੋ। ਹੁਣ ਜਦੋਂ ਅਸੀਂ ਨਾਮ ਦੀ ਖੋਜ ਕਰਾਂਗੇ, ਉਦੋਂ ਇੱਕ ਸਭ ਤੋਂ ਵੱਡੀ ਰੁਕਾਵਟ ਹੈ, ਉਹ ਹੈ ਸਾਡੇ ਵਿਚਾਰ, ਸਾਡੇ ਫੁਰਨੇ, ਜਿਹੜੇ ਸਾਨੂੰ ਟਿੱਕੇ ਨਹੀਂ ਇੱਕ ਜਗ੍ਹਾ 'ਤੇ ਬਹਿਣ ਦਿੰਦੇ। ਜਦੋਂ ਅਸੀਂ ਨਾਮ ਦੀ ਖੋਜ ਕਰਨ ਲੱਗਦੇ ਹਾਂ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਪਤਾ ਨਹੀਂ ਕਿੱਥੋਂ ਕਿੱਥੋਂ ਦੀਆਂ ਗੱਲਾਂ, ਬਚਨ, ਆਕਾਰ ਸਾਡੀਆਂ ਅੱਖਾਂ ਦੇ ਮੂਹਰੇ ਲਿਆਉਂਦੇ। ਬਾਣੀ ਪੜ੍ਹਦੇ ਹਾਂ ਤਾਂ ਨਹੀਂ ਸਾਡਾ ਮਨ ਟਿਕਦਾ, ਸਿਮਨ ਕਰਦੇ ਹਾਂ ਤਾਂ ਨਹੀਂ ਸਾਡਾ ਮਨ ਟਿਕਦਾ। ਕਿਉਂ? ਕਿਉਂਕਿ ਸਾਡਾ ਮਨ ਇਹਨਾਂ ਪੰਜਾਂ ਦੂਤਾਂ ਦਾ ਸੰਗੀ ਬਣਿਆ ਹੋਇਆ। ਇਸ ਸਰੀਰ ਦੇ ਵਿੱਚ ਸਤਿਗੁਰ ਦਾ ਵੀ ਵਾਸ ਹੈ, ਅੰਦਰ ਹੀ ਜੋਤ ਸਰੂਪ ਹੋ ਕੇ ਬੈਠੇ ਨੇ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ। ਹੁਣ ਉਹ ਸਾਡੇ ਸਰੀਰ ਵਿੱਚ ਜੋਤ ਹੋ ਕੇ ਬੈਠੇ ਨੇ, ਪਰ ਜੋਤ ਦੀ ਅੰਦਰੋਂ ਪਹਿਚਾਣ ਨਹੀਂ। ਕਿੱਥੇ ਕੁ ਜੀ ਜੋਤ ਸਰੂਪ ਹੋ ਕੇ ਬੈਠੇ ਆ? ਕਹਿੰਦੇ ਮਸਤਕ ਪਦਮ ਦੁਆਲੇ ਮਣੀ, ਮਾਹੇ ਨਿਰੰਜਨ ਤ੍ਰੈ ਭਵਨ ਧਣੀ, ਪੰਚ ਸ਼ਬਦ ਨਿਰਮਾਇਲ ਬਾਜੇ, ਢੁਲਕੇ ਚਵਰ ਸੰਕਣ ਗਾਜੇ। ਗੁਰਬਾਣੀ ਗੁਰੂ ਦੇ ਮੁਤਾਬਕ ਮਸਤਕ ਦੇ ਨੀਚੇ ਜੋਤ ਸਰੂਪ ਹੋ ਕੇ ਬੈਠੇ, ਉੱਥੇ ਅਸੀਂ ਦਰਸ਼ਨ ਕਰ ਸਕਦੇ ਹਾਂ। ਪਰ ਮਹਾਰਾਜ ਕਹਿੰਦੇ ਆ, ਸਾਡਾ ਮਨ ਪੰਜਾਂ ਦੂਤਾਂ ਵਿੱਚ, ਮਾਇਆ ਵਿੱਚ ਇੰਨਾ ਗਲਤਾਨ ਹੋਇਆ ਪਿਆ, ਇੰਨਾ ਫਸਿਆ ਹੋਇਆ ਹੈ। ਪਰਮੇਸ਼ਰ ਵੀ ਅੰਦਰ ਹੈ, ਨਾਮ ਵੀ ਅੰਦਰ ਚੱਲ ਰਿਹਾ, ਅਨਹਦ ਵਾਜੇ ਵੀ ਵੱਜ ਰਹੇ ਆ, ਪਰ ਵਿਚਾਰਾਂ ਦੇ ਵਿੱਚ ਇੰਨਾ ਗਲਤਾਨ ਹੈ ਵੀ ਉੱਥੋਂ ਤੱਕ ਪਹੁੰਚਦਾ ਨਹੀਂ। ਫਿਰ ਇਸ ਕਰਕੇ ਇਹਨਾਂ ਫੁਰਨਿਆਂ ਤੋਂ ਵੱਖਰਾ ਕਰਨ ਦੇ ਲਈ, ਇਹਨਾਂ ਪੰਜਾਂ ਦੂਤਾਂ ਤੋਂ ਸਾਡਾ ਖਹਿੜਾ ਛਡਾਉਣ ਦੇ ਲਈ ਉਹਨਾਂ ਨੇ ਸਾਨੂੰ ਇੱਕ ਸ਼ਸਤਰ ਦਿੱਤਾ ਹੈ, ਬਾਣ ਦਿੱਤਾ ਹੈ। ਉਹ ਬਾਣ ਕਾਹਦਾ ਹੈ? ਉਹ ਗੁਰਮੰਤਰ ਦਾ ਬਾਣ ਹੈ। ਜਪਜੀ ਸਾਹਿਬ 'ਚ ਕਹਿੰਦੇ ਨੇ, ਅੱਖਰੀ ਨਾਮ ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਯੋਗ। ਮਹਾਰਾਜ ਕੀ ਕਹਿੰਦੇ ਆ ਵੀ ਹੁਣ ਤੁਸੀਂ ਫਿਰ ਗੁਰਮੰਤਰ ਦਾ ਬਾਣ ਚਲਾ ਕੇ ਇਹਨਾਂ ਪੰਜਾਂ ਦੂਤਾਂ ਨੂੰ ਪਾਸੇ ਕਰ ਸਕਦੇ, ਕਿਉਂਕਿ ਜਿਹੜੀਆਂ ਪਿਛਲੀਆਂ ਜੂਨਾਂ ਸੀ, ਮਾਨਸ ਜਾਮੇ ਤੋਂ ਵੱਖਰੀਆਂ ਜੂਨਾਂ, ਉੱਥੇ ਤਾਂ ਕੋਈ ਸਾਨੂੰ ਗਿਆਨ ਕਰਾਉਣ ਵਾਲਾ ਨਹੀਂ ਸੀ। ਜੇ ਉਹ ਵੀ ਮਾਇਆ ਦੇ ਵਾਸੀ ਹੈ ਸਾਰੀਆਂ ਜੂਨਾਂ, ਉਹਨਾਂ ਜੂਨਾਂ ਦੇ ਵਿੱਚ ਖੇਡਦਿਆਂ ਖੇਡਦਿਆਂ ਜਿਵੇਂ ਕੋਈ ਕਿਰਤ ਦਾ ਫੁਰਨਾ ਆਉਂਦਾ, ਕੋਈ ਕੰਮ ਦਾ ਆਉਂਦਾ, ਉਵੇਂ ਉਵੇਂ ਕਰੀ ਜਾਂਦੇ, ਸਾਰੀ ਸਾਰੀ ਉਮਰ ਕੰਮ ਹੀ ਕਰੀ ਗਏ ਉੱਥੇ। ਪਰ ਹੁਣ ਮਹਾਰਾਜ ਕਹਿੰਦੇ, ਇਹਨਾਂ ਪੰਜਾਂ ਦੂਤਾਂ ਤੋਂ ਜੇ ਖਹਿੜਾ ਛਡਾਉਣਾ ਚਾਹੁੰਦੇ ਹੋ
ਤਾਂ ਇਹ ਮਨੁੱਖ ਜਾਮੇ ਵਿੱਚ ਆ ਕੇ ਛੁੱਟ ਸਕਦਾ। ਜੇ ਤੁਸੀਂ ਸਾਰੀ ਫਿਕਰ ਲਾ ਕੇ ਸੰਤਾਂ ਦੇ ਵਿੱਚ ਸੰਗਤ ਦੇ ਵਿੱਚ ਜਾ ਕੇ ਬੈਠੋ ਅਤੇ ਉੱਥੇ ਸ਼ਬਦ ਦਾ ਅਭਿਆਸ ਜਿਹੜਾ ਕਰਨਾ ਸਿੱਖ ਲਓ ਅਤੇ ਤੁਹਾਡਾ ਪੰਜਾਂ ਦੂਤਾਂ ਤੋਂ ਖਹਿੜਾ ਛੁੱਟ ਸਕਦਾ। ਅਤੇ ਜੇ ਤੁਸੀਂ ਸ਼ਬਦ ਦਾ ਅਭਿਆਸ ਨਹੀਂ ਕਰਦੇ, ਇਕੱਲਾ ਪੜ੍ਹਦੇ ਹੋ, ਗਿਆਨ ਕਰਦੇ ਹੋ, ਫਿਰ ਵੀ ਮਾਇਆ ਤੁਹਾਡਾ ਖਹਿੜਾ ਨਹੀਂ ਛੱਡੇਗੀ। ਕਿਉਂਕਿ ਮਹਾਰਾਜ ਜੀ ਕਹਿੰਦੇ ਨੇ ਹਰ ਗਿਆਨ ਤੋਂ, ਹਰ ਵਿਚਾਰ ਤੋਂ, ਬਾਹਰਲੇ ਸਾਰੇ ਆਕਾਰਾਂ ਤੋਂ, ਇੱਥੋਂ ਤੱਕ ਕਿ ਆਪਦੇ ਸਰੀਰ ਦੇ ਆਕਾਰ ਤੋਂ ਵੀ ਧਿਆਨ ਵੱਖਰਾ ਕਰੋ, ਫਿਰ ਤੁਹਾਨੂੰ ਉਹ ਨਾਦ ਸੁਣੇਗਾ, ਫਿਰ ਤੁਹਾਨੂੰ ਉਹ ਅਨਹਦ ਬਾਣੀ ਸੁਣੇਗੀ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਜੇ ਹੁਣ ਪੰਜਾਂ ਦੂਤਾਂ ਦੇ ਵਿੱਚ ਹੀ ਧਿਆਨ ਰਿਹਾ, ਹੁਣ ਆਪਾਂ ਤਾਂ ਚਾਹੁੰਦੇ ਹਾਂ ਵੀ ਸਾਨੂੰ ਅੰਦਰੋਂ ਕੋਈ ਸਰਵਣ ਹੋਵੇ, ਨਾਮ ਸੁਣੇ, ਸੱਚ ਦੇ ਦਰਸ਼ਨ ਹੋਣ, ਪਰ ਉਹ ਪੰਜੇ ਵਿਹਲ ਹੀ ਨਹੀਂ ਕਰਦੇ ਸਾਡੇ ਮਨ ਨੂੰ। ਆਪਾਂ ਅੱਖਾਂ ਬੰਦ ਕਰਕੇ ਭਗਤੀ ਕਰਨਾ ਲੋਚਦੇ ਹਾਂ, ਆਪਾਂ ਸਿਮਨ ਕਰਾਂਗੇ, ਕੋਈ ਗੱਲ ਕਿਤੋਂ ਦੀ ਧਿਆਨ ਆ ਗਈ, ਉੱਧਰ ਨੂੰ ਮਨ ਤੁਰ ਗਿਆ, ਕੋਈ ਕਿਤੋਂ ਦੀ ਆ ਗਈ, ਉੱਧਰ ਨੂੰ ਮਨ ਤੁਰ ਗਿਆ, ਮੈਲਾ ਹੋਇਆ ਪਿਆ ਮਨ, ਉਹ ਮੈਲ ਦੇ ਵਿੱਚ ਹੀ ਮਨ ਤੁਰਿਆ ਫਿਰਦਾ, ਉਹ ਇੱਕ ਚਿੱਤ ਹੁੰਦਾ ਹੀ ਨਹੀਂ। ਅਤੇ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਕਿਰਪਾ ਹੋ ਜਾਏ, ਤਾਂ ਕਹਿੰਦੇ ਸੁਨ ਸਮਾਦ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਜੇ ਸੁਨ ਸਮਾਦ ਹੋ ਜਾਓ, ਭਾਵ ਵਿਚਾਰਾਂ ਤੋਂ ਰਹਿਤ ਹੋ ਜਾਓ, ਉੱਥੋਂ ਅਨਹਤ ਨਾਦ ਤੁਹਾਨੂੰ ਸਰਵਣ ਹੋਵੇਗਾ, ਜਿਹੜਾ ਸੱਚਾ ਨਾਮ, ਅਤੇ ਉਹ ਅਚਰਜ ਬਿਸਮਾਦ। ਉਸ ਨੂੰ ਨਾਮ ਇਸ ਕਰਕੇ ਕਿਹਾ ਕਿ ਅੱਜ ਤੱਕ ਕਿੰਨੀਆਂ ਭਾਸ਼ਾ ਬਣੀਆਂ, ਅਸੰਖ ਨਾਮ ਅਸੰਖ ਥਾਂ, ਕਿੰਨੇ ਨਾਮ ਜਪੇ ਗਏ ਹੈ, ਵੱਖੋ ਵੱਖਰੇ ਨਾਮ ਜਪੇ ਜਾਂਦੇ ਆ, ਵਾਹਿਗੁਰੂ ਹਰੀ ਰਾਮ ਅੱਲਾ ਜਪਿਆ ਜਾਂਦਾ ਹੈ, ਸਮੇਂ ਸਮੇਂ 'ਤੇ ਉਹ ਨਾਮ ਵੀ ਖਤਮ ਹੋ ਗਏ, ਉਹ ਕੁਲਾਂ ਵੀ ਖਤਮ ਹੋ ਗਈਆਂ, ਉਹ ਸਿਵਿਲਾਈਜੇਸ਼ਨ ਵੀ ਖਤਮ ਹੋ ਗਈਆਂ। ਅਤੇ ਮਹਾਰਾਜ ਕਹਿੰਦੇ ਜਿਹੜਾ ਨਾਮ ਇਹ ਅਨਹਦ ਹੈ, ਇਹ ਜਦੋਂ ਤੋਂ ਇਹ ਬ੍ਰਹਿਮੰਡ ਦੀ ਰਚਨਾ ਕੀਤੀ ਹੈ, ਉਦੋਂ ਤੋਂ ਲਗਾਤਾਰ ਪੂਰੇ ਬ੍ਰਹਿਮੰਡ ਦੇ ਵਿੱਚ ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੈ ਨਾਦ, ਇਹ ਲਗਾਤਾਰ ਇੱਕੋ ਆਵਾਜ਼ ਵਿੱਚ ਚੱਲਦਾ ਪਿਆ ਅਤੇ ਚੱਲਦਾ ਰਹੂਗਾ। ਉਹ ਸੱਚ ਦੀ ਜੋਤ ਦਾ ਪ੍ਰਕਾਸ਼ ਵੀ ਉਦੋਂ ਤੋਂ ਹੀ ਹੈ, ਇਹ ਨਾਮ ਦੀ ਆਵਾਜ਼ ਵੀ ਉਦੋਂ ਤੋਂ ਚੱਲ ਰਹੀ ਹੈ। ਹਰੀ ਰਾਮ ਅੱਲਾ ਵਾਹਿਗੁਰੂ ਇਸ ਕਰਕੇ ਜਪਾਇਆ ਜਾਂਦਾ ਹੈ ਤਾਂ ਕਿ ਇਹ ਸ਼ਬਦ ਦਾ ਅਭਿਆਸ ਅਸੀਂ ਕਰਕੇ ਪੰਜ ਦੂਤਾਂ ਦੇ ਵਿਚਾਰਾਂ ਤੋਂ ਵੱਖਰੇ ਹੋ ਕੇ ਸਰੀਰ ਨੂੰ ਸਹਿਜ ਕਰ ਲਈਏ ਅਤੇ ਫਿਰ ਸੁਣ ਦੇ ਵਿੱਚ ਸਮਾਧੀ ਧਰ ਕੇ ਬੈਠੀਏ ਅਤੇ ਸਾਨੂੰ ਵੀ ਉਹ ਨਾਮ ਦੀ ਆਵਾਜ਼ ਸੁਣਨ ਲੱਗ ਜਾਵੇ। ਅਤੇ ਜਦੋਂ ਨਾਮ ਦੀ ਆਵਾਜ਼ ਸੁਣਦੀ ਹੈ, ਉਹਦੇ ਨਾਲ ਹੀ ਸਾਡੇ ਅੰਦਰ ਅੰਮ੍ਰਿਤ ਰਸ ਵੀ ਸ਼ੁਰੂ ਹੋ ਜਾਂਦਾ ਹੈ। ਉਹੀ ਅੰਮ੍ਰਿਤ ਰਸ ਜੋ ਸਾਡੇ ਮਨ ਦੇ ਅੰਦਰ ਰੱਖਿਆ ਹੋਇਆ, ਜਿਹੜਾ ਮਹਾਰਾਜ ਕਹਿੰਦੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਹੁਣ ਆਪਾਂ ਸਾਰਿਆਂ ਨੇ ਮਿਹਨਤ ਕਰਨੀ ਹੈ, ਕਿਉਂਕਿ ਬੜੇ ਹੀ ਵੱਡੇ ਭਾਗ ਹੋਣ ਉਦੋਂ ਸੰਗਤ ਵਿੱਚ ਬੁਲਾ ਕੇ ਆਪਦੇ ਇਸ ਰੂਪ ਦਾ ਸਤਿਗੁਰ ਭੇਤ ਦਿੰਦੇ, ਨਾਮ ਦਾ ਭੇਤ ਦਿੰਦੇ ਨੇ, ਆਪਦੇ ਜੋਤ ਦਾ ਭੇਤ ਦਿੰਦੇ ਨੇ, ਨਾਲ ਸਾਨੂੰ ਇਹ ਦੱਸਦੇ ਵੀ ਇਹ ਜੋਤ ਅਤੇ ਨਾਮ ਕਿੱਥੇ ਤੁਹਾਨੂੰ ਪ੍ਰਗਟ ਹੋਏਗਾ, ਕਿਉਂਕਿ ਸਾਨੂੰ ਇਹ ਭੇਤ ਹੀ ਨਹੀਂ ਮਿਲਿਆ। ਅਸੀਂ ਮਾਨਸ ਜਾਮੇ ਦੇ ਵਿੱਚ ਬਹੁਤ ਵਾਰ ਆਏ ਹਾਂ ਪਰ ਨਾਮ ਨਹੀਂ ਸਾਨੂੰ ਮਿਲਿਆ। ਇੱਥੇ ਜੂਨ ਵਿੱਚ ਆਉਂਦੇ, ਕੰਮ ਕਰਦੇ,
ਹਰ ਜੂਨ ਵਿੱਚ ਨਵੇਂ ਮਾਤਾ ਪਿਤਾ ਮਿਲਦੇ ਆ, ਹਰ ਜੂਨ ਵਿੱਚ ਨਵਾਂ ਕੋਈ ਸ਼ਹਿਰ, ਨਵਾਂ ਕੋਈ ਵਪਾਰ ਮਿਲਦਾ, ਉਹ ਨਵੇਂ ਮਾਂ ਬਾਪ ਨਾਲ ਜੁੜੇ, ਨਵੇਂ ਸੰਜੋਗੀਆਂ ਨਾਲ ਜੁੜੇ, ਆਸ਼ਾ ਬਲਾਸ਼ਾ ਹੋ ਗਈ, ਲੜਾਈਆਂ ਹੋਈਆਂ, ਝਗੜੇ ਹੋਏ, ਸਵਾਸਾਂ ਦਾ ਤਨ ਖਤਮ ਹੋ ਗਿਆ, ਫਿਰ ਅੱਗੇ ਜੂਨ 'ਚ ਆ ਗਏ, ਫਿਰ ਅੱਗੇ ਜੂਨ 'ਚ ਆ ਗਏ। ਅਤੇ ਕੀ ਕਹਿੰਦੇ ਨੇ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਤ੍ਰੋਹ, ਜਾਂ ਹੁਣ ਜੁਗਤ ਬਿਹਾਨੇ ਕਈ ਜਨਮ। ਹਰ ਵਾਰ ਜੂਨਾਂ ਵਿੱਚ ਆ ਕੇ ਸਾਡੇ ਅੰਦਰ ਵੈਰ ਵਿਰੋਧ ਪ੍ਰਗਟ ਹੋ ਜਾਂਦਾ ਹੈ, ਲੋਭ ਮੋਹ ਪ੍ਰਗਟ ਹੋ ਜਾਂਦਾ ਹੈ, ਸਾਨੂੰ ਸਮਝ ਹੀ ਨਹੀਂ ਆਉਂਦੀ ਵੀ ਨਾਮ ਕੀ ਹੈ, ਮੂਲ ਕੀ ਹੈ, ਅਸੀਂ ਆਏ ਕਿੱਥੋਂ ਆ, ਜਾਣਾ ਕਿੱਥੇ ਹੈ, ਕਿਵੇਂ ਸਮਾਈਏ। ਪਰ ਇਸ ਵਾਰ ਕਿਰਪਾ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਉਹਨਾਂ ਨੇ ਰਚਨ ਕੀਤਾ ਹੈ, ਜਿੰਨੀ ਦੇਰ ਤੱਕ ਸਤਿਗੁਰ ਆਪ ਇਸ ਧਰਤੀ 'ਤੇ ਰਹੇ ਉਹਨਾਂ ਨੇ ਆਪ ਪ੍ਰਚਾਰ ਕੀਤਾ। ਅਤੇ ਫਿਰ ਸਾਡੀ ਕਿੰਨੀ ਫਿਕਰ ਕੀਤੀ ਵੀ ਸਾਡੇ ਜਾਣ ਤੋਂ ਬਾਅਦ ਵੀ ਸੰਸਾਰ ਜਿਹੜਾ ਭਟਕਣਾ ਵਿੱਚ ਨਾ ਪੈ ਜਾਵੇ। ਜੋ ਪ੍ਰਚਾਰ ਉਹਨਾਂ ਨੇ ਸੰਸਾਰ ਵਿੱਚ ਕੀਤਾ ਉਹ ਅੱਖਰਾਂ ਵਿੱਚ ਲਿਖ ਕੇ, ਭਾਸ਼ਾ ਦੇ ਵਿੱਚ ਲਿਖ ਕੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਸਤਿਗੁਰ ਦਾ ਦਰਜਾ ਦੇ ਕੇ ਸਾਡੇ ਤੱਕ ਪਹੁੰਚਾ ਦਿੱਤਾ। ਹੁਣ ਸਾਨੂੰ ਕਹਿੰਦੇ ਨੇ ਵੀ ਜੇ ਨਾਮ ਇਸ ਵਾਰ ਸੰਸਾਰ ਦੇ ਵਿੱਚ ਆਉਣ 'ਤੇ ਤੁਹਾਡੇ ਅੰਦਰ ਨਾ ਪ੍ਰਗਟ ਹੋਇਆ, ਰਸ ਤੁਸੀਂ ਨਾ ਲਿਆ, ਹਰ ਹਰ ਨਾ ਕੀਤਾ, ਜਿੰਨੀ ਹਰ 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 ਰਸ ਨਾਮ ਨਾ ਪਾਇਆ ਅਤੇ ਭਾਗਹੀਣ ਜਮ ਪਾਸ, ਤਾਂ ਫਿਰ ਜਮਾਂ ਦੇ ਪਾਸ ਜਾਓਗੇ। ਇਸ ਕਰਕੇ ਕੋਸ਼ਿਸ਼ ਕਰੋ, ਇਸ ਰਿਜਕ ਦੀ ਫਿਕਰ ਨਾ ਕਰੋ, ਇਹ ਤੁਹਾਨੂੰ ਦੇ ਕੇ ਭੇਜਿਆ ਗਿਆ। ਇਹ ਮਾਇਆ ਤੁਹਾਡੇ ਨਾਲ ਛਲ ਕਰ ਰਹੀ ਹੈ, ਪੰਜੇ ਦੂਤ ਤੁਹਾਡੇ ਨਾਲ ਛਲ ਕਰਦੇ ਪਏ ਆ ਵੀ ਤੁਹਾਡੇ ਦਿੱਤੇ ਹੋਏ ਦੀ ਤੁਹਾਨੂੰ ਸੋਝੀ ਨਹੀਂ ਆਉਣ ਦਿੰਦੇ। ਜੋ ਚੀਜ਼ ਦਿੱਤੀ ਹੋਈ ਹੈ ਉਹਦੇ ਪ੍ਰਤੀ ਫਿਰ ਵਿਚਾਰ ਬਣਾਈ ਜਾਂਦੇ ਆ, ਪਤਾ ਨਹੀਂ ਇਹ ਕੰਮ ਹੋਏਗਾ ਕਿ ਨਹੀਂ ਹੋਏਗਾ, ਕਿਵੇਂ ਹੋਏਗਾ, ਕਦੋਂ ਹੋਏਗਾ। ਸਾਡੀ ਜ਼ਿੰਦਗੀ ਜੋ ਮਹਾਰਾਜ ਨੇ ਬੜਾ ਪੈਕਅਪ ਕਰਕੇ ਸੋਹਣਾ ਸੋਚ ਵਿਚਾਰ ਕੇ ਦਿੱਤੀ ਹੈ, ਉਹਦੇ ਪ੍ਰਤੀ ਉਹ ਵਿਚਾਰ ਅਸੀਂ ਫਿਰ ਬਣਾਈ ਜਾਂਦੇ ਹਾਂ। ਅਤੇ ਮਹਾਰਾਜ ਵਾਰ ਵਾਰ ਸਮਝਾਉਂਦੇ ਵੀ ਨੇ, ਕਾਹੇਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਓ ਭਰਿਆ। ਇਹ ਤਾਂ ਮਹਾਰਾਜ ਨੇ ਲਿਖ ਕੇ ਭੇਜਿਆ ਹੋਇਆ, ਜੀ ਜੰਤ ਸਭ ਪਾਛੇ ਕਰਿਆ ਪ੍ਰਥਮ ਰਿਜਿਕਸ ਮਹਾਏ, ਅਤੇ ਤਾਂ ਲਿਖ ਕੇ ਭੇਜਿਆ, ਤਾਂ ਤੈਨੂੰ ਸੋਹਣਾ ਜੀਵਨ ਦਿੱਤਾ ਵੀ ਜੇ ਫਿਕਰ ਤੋਂ ਰਹਿਤ ਹੋਏਗਾ ਤਾਂ ਨਾਮ ਦੀ ਖੋਜ ਕਰੇਗਾ, ਨਾਮ ਨੂੰ ਪ੍ਰਗਟ ਕਰ ਲਏਗਾ, ਵਾਪਸ ਆ ਜਾਏਗਾ, ਆਪਦੇ ਮੂਲ ਵਿੱਚ ਸਮਾ ਜਾਏਗਾ। ਕਿਉਂਕਿ ਜੇ ਜਾਮੇ ਦਾ ਸਮਾਂ ਖਤਮ ਹੋ ਗਿਆ ਤਾਂ ਕਹਿੰਦੇ ਨਾਮ ਭੁੱਲੀ ਜੇ ਫਿਰਾਂ, ਫਿਰ ਆਵੋ ਜਾਓ, ਫਿਰ ਵਾਰੀ ਵਾਰੀ ਆਵੇ ਜਾਏਗਾ। ਇਸ ਕਰਕੇ ਅੱਜ ਬੜੇ ਵੱਡੇ ਭਾਗ ਹੋਏ, ਉਹਨਾਂ ਨੇ ਮਾਨਸ ਜਾਮਾ ਦਿੱਤਾ ਹੈ, ਪਹਿਲਾਂ ਤਾਂ ਇਹ ਹੀ ਬੜੇ ਵੱਡੇ ਭਾਗ ਨੇ, ਫਿਰ ਮਾਨਸ ਜਾਮਾ ਦੇ ਕੇ ਆਪਦੀ ਸੰਗਤ ਵਿੱਚ ਬੁਲਾ ਕੇ ਸਾਨੂੰ ਆਪਦਾ ਭੇਤ ਦੇ ਰਹੇ ਨੇ ਵੀ ਹੁਣ ਜੇ ਤੁਸੀਂ ਇੱਥੋਂ ਨਿਕਲਣਾ ਤਾਂ ਆਓ, ਆ ਗੁਰੂ ਦੇ ਮੰਤਰ ਦਾ, ਵਾਹਿਗੁਰੂ ਸ਼ਬਦ ਦਾ ਅਭਿਆਸ ਕਰੋ, ਜੁਗਤ ਲਾਓ। ਜੁਗਤ ਕੀ ਲਾਉਣੀ ਹੈ? ਮੁੱਖ ਦੁਆਰਾ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਹੈ, ਆਪ ਦੀ ਆਵਾਜ਼ ਨੂੰ ਸੁਣਨਾ ਹੈ, ਅੱਖਾਂ ਬੰਦ ਕਰ ਲੈਣੀਆਂ ਨੇ, ਸਰੀਰ ਨੂੰ ਸਾਵਧਾਨ ਕਰਨਾ ਹੈ, ਉਨੀ ਦੇਰ ਤੱਕ ਸ਼ਬਦ ਦਾ ਅਭਿਆਸ ਕਰਨਾ ਹੈ ਜਿੰਨੀ ਦੇਰ ਤੱਕ ਸਾਡਾ ਮਨ ਵਿਚਾਰਾਂ ਤੋਂ ਰਹਿਤ ਨਹੀਂ ਹੁੰਦਾ। ਕਿਉਂਕਿ ਜੇ ਮਨ ਵਿਚਾਰਾਂ ਤੋਂ ਰਹਿਤ ਨਹੀਂ ਨਾ ਹੁੰਦਾ, ਉਹ ਕੀਤਾ ਨਾ ਕੀਤਾ ਇੱਕ ਹੀ ਚੀਜ਼ ਹੈ, ਕਿਉਂਕਿ ਧਿਆਨ ਦੀ ਹਾਜ਼ਰੀ ਹੈ। ਜੇ ਧਿਆਨ ਫੁਰਨਿਆਂ ਵਿੱਚ ਹੈ, ਸਰੀਰ ਤਾਂ ਵਿਚਾਰਾ ਆਪਦੇ ਮੁੱਖੋਂ ਵਾਹਿਗੁਰੂ ਕਰੀ ਜਾਂਦਾ, ਬਾਣੀ ਵੀ ਬੋਲੀ ਜਾਂਦਾ, ਧਿਆਨ ਤਾਂ ਪੰਜਾਂ ਨਾਲ ਰਲਿਆ, ਉਹ ਹਾਜ਼ਰੀ ਨਹੀਂ ਹੈ, ਉਹ ਕੀਤਾ ਨਾ ਕੀਤਾ ਬਿਰਥਾ ਗਿਆ। ਫਿਰ ਉਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ ਵੀ ਜੇ ਕੋਈ ਮਾੜਾ ਮੋਟਾ ਸਾਡਾ ਫਲ ਜੁੜਦਾ ਵੀ ਹੈ, 2 ਘੰਟੇ ਕੀਤਾ, 4 ਬਾਣੀ ਪੜ੍ਹੀ, ਮਹੀਨਾ ਪੜ੍ਹੀ, ਉਹਦੇ ਵੰਡੇ ਅਸੀਂ ਕੋਈ ਨਾ ਕੋਈ ਦੁਨਿਆਵੀ ਦਾਤ ਮੰਗ ਲੈਂਦੇ ਹਾਂ। ਉਹ ਜਿੰਨਾ ਕੁ ਫਲ ਜਮ੍ਹਾਂ ਹੋਇਆ,
ਆਪ ਦੀ ਉਹ ਮਰਜ਼ੀ ਨਾਲ ਕਹਿ ਦਿੰਦੇ ਹਾਂ ਜੀ ਆਹ ਮੈਂ ਇੰਨੇ ਪਾਠ ਕੀਤੇ ਸੀ ਇਹਦੇ ਵੰਡੇ ਮੇਰਾ ਕੰਮ ਪੂਰਾ ਕਰ ਦਿਓ। ਉਹ ਜਿੰਨਾ ਕੁ ਪਹਿਲੀ ਗੱਲ ਤਾਂ ਪੰਜੇ ਦੂਤਾਂ ਨੇ ਫਲ ਜਮ੍ਹਾਂ ਨਹੀਂ ਹੋਣ ਦਿੱਤਾ, ਜਿੰਨਾ ਕੁ ਹੋਇਆ ਉਹਦੇ ਵੱਡੇ ਧਨ ਮੰਗ ਲਿਆ, ਸੰਸਾਰ ਦੇ ਸੁੱਖ ਮੰਗ ਲਿਆ, ਉੱਧਰ ਖਰਚ ਹੋ ਗਿਆ, ਆਪ ਹੀ ਬੇਨਤੀ ਕਰ ਦਿੱਤੀ। ਅਤੇ ਸਾਡਾ ਕੀ ਹੈ, ਮਨ ਖਾਲੀ ਦਾ ਖਾਲੀ ਹੈ। ਪਹਿਲੋਂ ਸੰਸਾਰੀ ਧਨ ਦੇ ਕੇ ਸਾਨੂੰ ਤੋਰਿਆ ਸੀ ਵੀ ਉੱਥੇ ਜਾ ਕੇ ਨਾਮ ਦਾ ਧਨ ਪ੍ਰਗਟ ਕਰ ਲੈਣਗੇ, ਬਾਣੀ ਨਾਲ ਜੁੜਨਗੇ, ਅਸੀਂ ਬਾਣੀ ਨੂੰ ਵੀ ਸੰਸਾਰ ਦੇ ਧਨ ਵਾਸਤੇ ਵਰਤਣਾ ਸ਼ੁਰੂ ਕਰ ਲਿਆ। ਅਤੇ ਅੰਮ੍ਰਿਤ ਕਿਵੇਂ ਆਏਗਾ, ਨਾਮ ਕਿਵੇਂ ਪ੍ਰਗਟ ਹੋਏਗਾ, ਖੋਜੋਗੇ ਕਿਵੇਂ, ਸੱਚ ਕਿਵੇਂ ਪ੍ਰਗਟ ਹੋਏਗਾ। ਇਸ ਕਰਕੇ ਸਾਨੂੰ ਦੱਸਿਆ ਹੁਣ ਤੁਸੀਂ ਸਾਰਾ ਆਪ ਦਾ ਆਪਾ ਸਮਰਪਣ ਕਰਕੇ ਜੋ ਆਪਾਂ ਬਚਨ ਸ਼ੁਰੂ ਕੀਤਾ ਸੀ, ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲਿਹੇ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਅਵਰ ਤਿਆਗ ਵਿਖਿਆ ਜੰਜਾਲ। ਇਹ ਸਾਰੇ ਜੰਜਾਲ ਨੂੰ ਛੱਡ, ਇਹ ਮਨ ਨੂੰ ਵੇਚਦੇ, ਤਨ ਵੇਚ, ਮਨ ਵੇਚ ਅਤੇ ਧਨ ਵੀ ਵੇਚਦੇ ਗੁਰੂ ਨੂੰ। ਤਨ ਕਿਵੇਂ ਵੇਚਣਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਓ ਭਾਈ। ਤਨ ਨੂੰ ਸਟਿਲ ਕਰ ਲਓ, ਚੌਂਕੜਾ ਲਾ ਲਓ, ਅੱਖਾਂ ਬੰਦ ਕਰ ਲਓ, ਇਹ ਤਨ ਵੇਚਿਆ ਗਿਆ। ਹੁਣ ਕਹਿੰਦੇ ਮਨ ਵੀ ਵੇਚੋ। ਹੁਣ ਮਨ ਜਿਹੜਾ ਫੁਰਨੇ ਲੈਂਦਾ ਹੈ ਉਹ ਵਿਚਾਰਾਂ ਦੇ ਵਿੱਚ ਜਾਂਦਾ ਹੈ, ਅਤੇ ਕਹਿੰਦੇ ਤਨ ਦੁਆਰਾ ਬੋਲੋ ਵਾਹਿਗੁਰੂ ਵਾਹਿਗੁਰੂ। ਇਹ ਤਨ ਦੁਆਰਾ ਬੋਲਣਾ ਹੈ ਅਤੇ ਮਨ ਦਾ ਜਿਹੜਾ ਧਿਆਨ ਹੈ ਪੂਰਾ ਆਵਾਜ਼ ਦੇ ਵਿੱਚ ਰੱਖਣਾ। ਹੁਣ ਤਨ ਕੀ ਬੋਲਦਾ ਪਿਆ, ਵਾਹਿਗੁਰੂ, ਅੱਖਾਂ ਬੰਦ ਨੇ, ਮਨ ਜਿਹੜਾ ਹੈ ਉਹ ਸਿਮਰਨ ਦੀ ਆਵਾਜ਼ ਨੂੰ ਸੁਣਦਾ ਪਿਆ, ਅਤੇ ਜਿਹੜਾ ਧਨ ਹੈ ਸਵਾਸਾਂ ਦਾ ਧਨ, ਉਹ ਜਦੋਂ ਆਪਾਂ ਸਿਮਰਨ ਕਰਦੇ ਹਾਂ ਸਾਡਾ ਧਿਆਨ ਸਿਮਰਨ ਵਿੱਚ ਹੋ ਗਿਆ ਅਤੇ ਸਾਡੇ ਸਵਾਸਾਂ ਦਾ ਧਨ ਜਿਹੜਾ ਸਿਮਰਨ ਦੇ ਵਿੱਚ ਫਿਰ ਜਮ੍ਹਾਂ ਹੋਣ ਲੱਗ ਗਿਆ। ਆਪ ਜਪਦੇ ਹਾਂ, ਜਦੋਂ ਦੂਸਰਿਆਂ ਨੂੰ ਜਪਾਉਂਦੇ ਹਾਂ ਉਹ ਵੀ ਸਾਡਾ ਸਵਾਸਾਂ ਦਾ ਧਨ। ਹੁਣ ਸੰਸਾਰੀ ਕਿੱਤਿਆਂ ਵਿੱਚ ਨਹੀਂ ਖਰਚ ਹੁੰਦਾ, ਉਹ ਪ੍ਰਚਾਰ ਵਿੱਚ, ਸ਼ਬਦ ਦੇ ਵਿੱਚ ਖਰਚ ਹੋਣ ਲੱਗ ਗਿਆ। ਇਹਨੂੰ ਕਹਿੰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਓ ਪਾਇਆ ਪਾਈ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਹੁਣ ਆਓ ਆਪਾਂ ਸਾਰੇ ਜੋ ਸਾਨੂੰ ਹੁਕਮ ਦਿੱਤਾ ਹੋਇਆ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ, ਸਾਰਿਆਂ ਨੇ ਰਲ ਕੇ ਜੋ ਵਾਹਿਗੁਰੂ ਸ਼ਬਦ ਦਾ ਅਭਿਆਸ ਹੈ ਉਹ ਬੋਲ ਬੋਲ ਕੇ ਆਪਾਂ ਸਾਰਿਆਂ ਨੇ ਕਰਨਾ। ਉਹਦੇ ਕਰਨ ਦਾ ਤਰੀਕਾ ਕੀ ਹੈ ਉਹ ਵੀ ਆਪਾਂ ਗੁਰਬਾਣੀ ਗੁਰੂ ਤੋਂ ਪੁੱਛਣਾ। ਅਸੀਂ ਇਸ ਵਾਰ ਆਏ ਹਾਂ, ਆਪ ਜੀ ਨੇ ਸਾਡੇ ਉੱਪਰ ਤਰਸ ਕਰਕੇ ਸਾਨੂੰ ਮਾਣਸ ਜਮਾਂ ਬਖਸ਼ਿਸ਼ ਕੀਤਾ ਹੈ, ਅਤੇ ਇਸ ਵਾਰ ਅਸੀਂ ਇੱਥੋਂ ਖਾਲੀ ਨਾ ਵਾਪਸ ਚਲੇ ਜਾਈ। ਸਾਨੂੰ ਨਾਮ ਦੀ ਪਹਿਚਾਣ ਕਰਾ ਦਿਓ, ਸਾਨੂੰ ਅਨਹਦ ਬਾਣੀ ਦਾ ਨਾਮ ਦੇ ਦਿਓ, ਪ੍ਰਗਟ ਕਰੋ, ਤੁਸੀਂ ਕਰਨਾ ਹੈ। ਸਾਨੂੰ ਅੰਮ੍ਰਿਤ ਰਸ ਦਿਓ, ਸਾਨੂੰ ਜਨਮ ਮਰਨ ਤੋਂ ਰਹਿਤ ਕਰ ਲਓ, ਇਹ ਸਾਡਾ ਮਨੋਰਥ ਹੈ। ਇਹ ਨਾ ਹੋਵੇ ਇਸ ਵਾਰੀ ਮਾਂ ਬਾਪ, ਅਗਲੀ ਵਾਰੀ ਹੋਰ ਮਾਂ ਬਾਪ, ਉਸ ਤੋਂ ਅਗਲੀ ਹੋਰ ਮਾਂ ਬਾਪ, ਇਹ ਪਰਿਵਾਰ ਦੇ ਵਿੱਚ ਹੀ ਫਸੇ ਰਹੀਏ, ਬੱਚੇ ਹੀ ਪਾਲਦੇ ਰਹੀਏ, ਘਰ ਬਾਰ ਹੀ ਬਣਾਉਂਦੇ ਰਹੀਏ। ਕਿਰਪਾ ਕਰੋ ਸਾਡੇ ਉੱਪਰ, ਤਰਸ ਪਿਆ ਮਹਿਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈਂ। ਇਹ ਬੇਨਤੀ ਕਰਨੀ, ਅਤੇ ਮਹਾਰਾਜ ਕਹਿੰਦੇ ਇਕੱਲੀ ਬੇਨਤੀ ਨਹੀਂ ਕਰਨੀ, ਮਿਹਨਤ ਵੀ ਕਰੋ। ਅਤੇ ਉਹ ਮਿਹਨਤ ਕੀ ਹੈ, ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਕੱਲਾ ਨਾਮ ਜਪ, ਫਿਰ ਉਹ ਜਪਣ ਦਾ ਤਰੀਕਾ ਦੱਸ ਦਿੱਤਾ ਹੈ
ਗੁਣ ਗਾਵਤ ਤੇਰੀ ਉਤਰ ਸਮੈਲ, ਬਿਣ ਸਜਾਏ ਹਉਮੈ ਬਿਖ ਫੈਲ, ਹਉ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸਮਾਲ। ਸਵਾਸ ਗ੍ਰਾਸ ਨਾਮ ਜਪ। ਸਵਾਸ ਗ੍ਰਾਸ ਕੀ ਹੁੰਦਾ ਹੈ? ਇੱਕ ਸਾਹ ਅੰਦਰ ਜਾਂਦਾ ਹੈ, ਇਹਨੂੰ ਸਾਸ ਕਹਿੰਦੇ ਨੇ। ਉਹ ਸਾਹ ਸਾਡੇ ਸਰੀਰ ਨੇ ਲੈ ਕੇ ਬਾਹਰ ਕੱਢ ਦਿੱਤਾ, ਉਹਨੂੰ ਗ੍ਰਾਸ ਕਹਿੰਦੇ ਨੇ। ਸਵਾਸ ਗ੍ਰਾਸ, ਇੱਕ ਅੰਦਰ ਜਾ ਰਿਹਾ, ਇੱਕ ਬਾਹਰ ਆ ਰਿਹਾ। ਇਸੇ ਤਰ੍ਹਾਂ ਨਾਮ ਨੂੰ ਵੀ ਦੋ ਭਾਗਾਂ ਵਿੱਚ ਵੰਡਿਆ। ਜਪਣ ਦਾ ਤਰੀਕਾ ਕੀ ਹੈ? ਆਪਾਂ ਇਕੱਠਾ ਨਹੀਂ ਜਪਣਾ ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ, ਇਹ ਨਹੀਂ ਜਪਣਾ। ਸਵਾਸ ਗ੍ਰਾਸ ਕਿਹਾ ਨਾ, ਅਤੇ ਹੁਣ ਦੇਖੋ ਸਾਹ ਜਦੋਂ ਅੰਦਰ ਜਾਂਦਾ ਹੈ ਉਹ ਥੋੜ੍ਹਾ ਜਿਹਾ ਰੁਕਦਾ, ਫਿਰ ਬਾਹਰ ਨੂੰ ਆਉਂਦਾ, ਫਿਰ ਰੁਕਦਾ, ਫਿਰ ਅੰਦਰ ਨੂੰ ਜਾਂਦਾ, ਫਿਰ ਰੁਕਦਾ, ਫਿਰ ਬਾਹਰ ਨੂੰ ਆਉਂਦਾ। ਸਾਹ ਲਗਾਤਾਰ ਨਹੀਂ ਚੱਲਦਾ, ਪਹਿਲਾਂ ਅੰਦਰ ਜਾਊ, ਰੁਕੂਗਾ, ਫਿਰ ਬਾਹਰ ਆਉਂਦਾ। ਇਸੇ ਤਰ੍ਹਾਂ ਅਸੀਂ ਸ਼ਬਦ ਜਪਣਾ ਹੈ, ਇਕੱਠਾ ਨਹੀਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ ਬੋਲ ਕੇ। ਅੱਖਾਂ ਬੰਦ ਰੱਖਣੀਆਂ ਸਾਰੇ ਗੁਰਮੁਖ ਪਿਆਰਿਆਂ ਨੇ, ਕਿਉਂਕਿ ਜੇ ਆਪਾਂ ਅੱਖਾਂ ਖੋਲ੍ਹਾਂਗੇ ਤਾਂ ਮਨ ਸਾਡਾ ਬਾਹਰ ਨੂੰ ਭੱਜੇਗਾ, ਬਾਹਰ ਨੂੰ ਭੱਜੇਗਾ ਅਤੇ ਉਹ ਅੰਤਰਮੁਖੀ ਨਹੀਂ ਹੋਏਗਾ। ਆਪਾਂ ਨੂੰ ਕਿਹਾ ਨਾ ਵੀ ਨੌ ਦਰਾਂ ਨੂੰ ਠਾਕਣਾ ਹੈ, ਸਗਲ ਦੁਆਰ ਕੋ ਛੱਡ ਕੇ ਇਹ ਸਰੀਰ ਤੋਂ ਉੱਪਰ ਉੱਠਣਾ। ਅਤੇ ਪਹਿਲਾਂ ਆਪਾਂ ਅੱਖਾਂ ਬੰਦ ਕਰਨੀਆਂ, ਸਾਵਧਾਨ ਹੋ ਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਅਤੇ ਮੁੱਖ ਦੁਆਰਾ ਬੋਲਣਾ ਹੈ। ਕਿਸੇ ਨੇ ਵੀ ਨਹੀਂ ਵੀ ਚੁੱਪ ਕਰਕੇ ਬੈਠਣਾ, ਸਾਰੀ ਸੰਗਤ ਨੇ ਨੇਤਰ ਬੰਦ ਕਰਕੇ ਇੱਕ ਚਿੱਤ ਹੋ ਕੇ ਸਵਾਸ ਗ੍ਰਾਸ ਸਿਮਰਨ ਗੁਰਮੰਤਰ ਬੋਲਣਾ ਹੈ ਅਤੇ ਆਪਦੀ ਆਵਾਜ਼ ਨੂੰ ਸੁਣਨਾ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਧੁਨ ਦੇ ਵਿੱਚ, ਆਵਾਜ਼ ਦੇ ਵਿੱਚ ਧਿਆਨ ਹੋਣਾ ਚਾਹੀਦਾ, ਸਿਮਰਨ ਕਰਨਾ ਹੈ, ਅੱਖਾਂ ਬੰਦ ਰੱਖਣੀਆਂ। ਆਓ ਸਾਰੇ, ਜਦੋਂ ਆਪਾਂ ਇਸ ਤਰ੍ਹਾਂ ਨਾਮ ਜਪਾਂਗੇ ਤਾਂ ਇਹ ਪੰਜੇ ਦੂਤ ਨਾਮ ਜਪਣ 'ਤੇ ਆਪਣੇ ਆਪ ਪਿੱਛੇ ਹਟ ਜਾਂਦੇ ਆ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਘਰ ਭਾਗਾ। ਫਿਰ ਪੰਜੇ ਪਿੱਛੇ ਹਟਦੇ ਆ, ਵਿਚਾਰ ਪਿੱਛੇ ਹਟਦੇ ਆ, ਮਨ ਸਾਡਾ ਵਿਚਾਰਾਂ ਤੋਂ ਉੱਪਰ ਸੁੰਨ ਸਹਿਜ ਵਿੱਚ ਜਾਂਦਾ ਹੈ, ਅਤੇ ਜਦੋਂ ਉੱਥੇ ਟਿਕਾਓ ਬਣਦਾ ਫਿਰ ਇਸ ਕਾਇਆਂ ਦੇ ਅੰਦਰਲੇ ਪਾਸੋਂ ਉਹ ਅਨਹਦ ਨਾਮ ਪ੍ਰਗਟ ਹੁੰਦਾ। ਬਾਹਰਲੀਆਂ ਆਵਾਜ਼ਾਂ, ਬਾਹਰਲਾ ਸੁਣਨਾ, ਬਾਹਰਲਾ ਵਿਖਣਾ ਬੰਦ ਹੋ ਗਿਆ। ਕੀ ਕਹਿੰਦੇ? ਮੂੰਦ ਲੀਏ ਦਰਵਾਜ਼ੇ, ਬਾਜੀਅਲੇ ਅਨਹਦ ਵਾਜੇ। ਇਸੇ ਕਾਇਆਂ ਦੇ ਅੰਦਰ ਆਓ, ਫਿਰ ਆਪਾਂ ਕੋਸ਼ਿਸ਼ ਕਰੀਏ, ਸਿੱਖੀਏ ਸਿਮਰਨ ਕਰਨਾ, ਤਾਂ ਕਿ ਇਸ ਵਾਰ ਆਏ ਹਾਂ ਸਾਡੇ 'ਤੇ ਵੀ ਕਿਰਪਾ ਹੋਵੇ, ਸਾਨੂੰ ਵੀ ਨਾਮ ਧਨ ਮਿਲ ਜਾਏ, ਅਸੀਂ ਵੀ ਆਪਦੇ ਘਰ ਵਾਪਸੀ ਕਰ ਜਾਈਏ। ਕਿਹਦਾ ਦਿਲ ਕਰਦਾ ਵਾਰ ਵਾਰ ਇੰਨੀਆਂ ਭੈੜੀਆਂ ਜੂਨਾਂ ਦੇ ਵਿੱਚ ਦੁੱਖ ਭੋਗੀਏ। ਮਾਨ ਸਜਾਮਾ ਵੀ ਬੜਾ ਵੱਡਾ ਦੁੱਖ ਹੈ, ਅਤੇ ਸਾਨੂੰ ਇੱਥੋਂ ਮੁਕਤ ਕਰ ਲਿਆ ਜਾਏ। ਆਓ ਨੇਤਰ ਬੰਦ ਕਰੋ, ਵਾਹਿਗੁਰੂ ਗੁਰਮੰਤਰ ਜਿਵੇਂ ਤੁਹਾਨੂੰ ਦੱਸਿਆ। ਕਿਸੇ ਨੇ ਵੀ ਲੋਕ ਲੱਜਾ ਸੰਗ ਸ਼ਰਮ ਕਰਕੇ ਨਹੀਂ ਵੀ ਚੁੱਪ ਕਰਕੇ ਬਹਿਣਾ, ਸਾਰਿਆਂ ਨੇ ਬੋਲ ਬੋਲ ਕੇ ਸ਼ਬਦ ਦਾ ਅਭਿਆਸ ਕਰਨਾ। ਆਓ ਕਰੀਏ ਸ਼ੁਰੂ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਾਰੇ ਬੋਲੋ। ਹਾਂਜੀ, ਬਹੁਤ ਅੱਛੇ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਜਪੋ, ਨੇਤਰ ਬੰਦ ਕਰ ਲਓ, ਅੱਖਾਂ ਬੰਦ ਕਰਕੇ ਸਾਰੇ ਜਪੋ ਉੱਚੀ ਆਵਾਜ਼ ਚ, ਗੁਰੂ ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਕਿਰਪਾ। ਅਤੇ ਨਾਮ ਜਪਣਾ ਕਿਉਂ ਹੈ? ਮਹਾਰਾਜ ਨੇ ਕਿਹਾ, ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ। ਕਿਉਂਕਿ ਜਿਵੇਂ ਅਸੀਂ ਨਾਮ ਜਪਦੇ ਹਾਂ ਨਾ, ਗੁਰਮੰਤਰ ਵਾਹਿਗੁਰੂ ਸ਼ਬਦ ਜਪਦੇ, ਇਹ ਜਪਣ ਦੇ ਨਾਲ ਜਦੋਂ ਆਪਾਂ ਗੁਰਮੰਤਰ ਦੀ ਆਵਾਜ਼ ਵਿੱਚ ਧਿਆਨ ਰੱਖਦੇ ਹਾਂ, ਜੋ ਮੁੱਖੋਂ ਬੋਲ ਰਹੇ ਹਾਂ ਉਹਨੂੰ ਸੁਣਦੇ, ਸਾਡੇ ਮਨ ਦੀ ਮੈਲ ਉਤਰਦੀ ਹੈ। ਮੈਲ ਕਿਹੜੀ? ਆ ਜਿਹੜੀ ਅੱਖਾਂ ਬੰਦ ਕਰਨ 'ਤੇ ਹੀ ਫੁਰਨੇ ਚੱਲ ਪੈਂਦੇ ਨੇ, ਫਿਕਰਾਂ ਚੱਲ ਪੈਂਦੀਆਂ, ਕਰਮ ਕਰ, ਇਹ ਮੈਲ ਹੀ ਹੈ। ਜੋ ਪਾਸਟ ਹੈ ਤੁਹਾਡਾ ਉਹ ਤੰਗ ਕਰਦਾ, ਅਤੇ ਫਿਊਚਰ ਜਿਹੜਾ ਹੈ ਉਹ ਬੈਠਣ ਨਹੀਂ ਦਿੰਦਾ। ਪਾਸਟ ਅਤੇ ਫਿਊਚਰ ਦੇ ਜਿਹੜੇ ਵਿਚਾਰ ਚੱਲਦੇ, ਬੀਤੇ ਹੋਏ ਸਮੇਂ ਦੇ, ਆਉਣ ਵਾਲੇ ਸਮੇਂ ਦੇ, ਇਹ ਮੈਲ ਹੈ, ਇਹ ਪਾਪ ਚੜ੍ਹੇ ਹੋਏ। ਕਿਉਂ ਚੜ੍ਹੇ ਹੈ? ਸਿੱਧਾ ਸੋਚਿਆ ਹੋਇਆ, ਸ਼ਬਦ ਦਾ ਅਭਿਆਸ ਨਹੀਂ ਕੀਤਾ, ਹੁਕਮ 'ਚ ਨਹੀਂ ਚੱਲੇ। ਅਤੇ ਕੀ ਕਹਿੰਦੇ ਨੇ, ਭਰੇ ਹੈ ਮਤ ਪਾਪਾਂ ਕਹਿ ਸੰਗ ਉਹ ਧੁੱਪੈ ਨਾਵੇਂ ਕੇਰਾ। ਫਿਰ ਜਦੋਂ ਆਪਾਂ ਇੱਕ ਚਿੱਤ ਹੋ ਕੇ ਸਿਮਰਨ ਕਰਦੇ ਹਾਂ ਨਾ, ਆਵਾਜ਼ ਵਿੱਚ ਧਿਆਨ ਦੇ ਲਿਆ, ਵਾਰ ਵਾਰ ਸਾਨੂੰ ਪੰਜੇ ਦੂਤ ਵਿਚਾਰ ਦਿੰਦੇ, ਅਸੀਂ ਫਿਰ ਆਪਦੇ ਧਿਆਨ ਨੂੰ ਆਵਾਜ਼ ਵਿੱਚ ਲਿਆਉਣਾ, ਕਦੇ ਥੋੜ੍ਹੀ ਜਿਹੀ ਅੱਖਾਂ ਖੋਲ੍ਹ ਕੇ ਫਿਰ ਬੰਦ ਕਰ ਲਈ। ਜਦੋਂ ਵਾਰ ਵਾਰ ਇਸ ਤਰ੍ਹਾਂ ਕਰਦੇ ਨਾ, ਫਿਰ ਸ਼ਬਦ ਦੇ ਪਾਸੇ ਮਨ ਮੁੜਦਾ ਹੈ, ਅਤੇ ਸ਼ਬਦ ਦੀ ਆਵਾਜ਼ ਦੇ ਨਾਲ ਉਹ ਰੰਗ ਸਾਡੇ ਅੰਦਰ ਜਾਂਦਾ, ਸ਼ਬਦ ਦੀ ਰੰਗਤ ਅੰਦਰ ਜਾਂਦੀ। ਫਿਰ ਆਪਾਂ ਨਾਮ ਦਾ ਭੋਜਨ ਕੀਤਾ, ਕਿੰਨੀ ਦੇਰ ਅਭਿਆਸ ਕੀਤਾ, ਜਿੰਨਾ ਅਭਿਆਸ ਕੀਤਾ ਉਹ ਅੰਦਰ ਚਲ ਗਿਆ, ਫਿਰ ਕੀਤਾ, ਫਿਰ ਕੀਤਾ, ਨਾਲ ਕੰਮ ਕਰਦਿਆਂ ਵੀ ਕਰੀ ਜਾਣਾ। ਕੰਮ ਕਰਦਿਆਂ ਅੱਖਾਂ ਖੁੱਲ੍ਹੀਆਂ ਨੇ, ਕੰਮ ਕਰ ਰਹੇ ਹਾਂ, ਥੋੜ੍ਹਾ ਥੋੜ੍ਹਾ ਮੁੱਖ ਦੇ ਵਿੱਚ ਵਾਹਿਗੁਰੂ 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 ਵਾਹਿਗੁਰੂ, ਇਹ ਕਰਨਾ ਹੈ। ਕਿਉਂ? ਕਿਉਂਕਿ ਆਪਣਾ ਸਰੀਰ ਵੀ ਨਾਮ ਦੇ ਵਿੱਚੋਂ ਬਣਿਆ, ਆਪਣੇ ਮਨ ਦਾ ਜਨਮ ਵੀ ਨਾਮ 'ਚ ਹੋਇਆ, ਆਪਣਾ ਸਾਰਾ ਖੰਡ ਬ੍ਰਹਿਮੰਡ ਨਾਮ ਤੋਂ ਬਣੇ ਹੈ। ਅਤੇ ਜੇ ਨਾਮ ਦੀ ਊਰਜਾ ਨੂੰ ਛੱਡ ਦਿਓਗੇ ਤੁਸੀਂ ਡਾਊਨ ਚਲੇ ਜਾਓਗੇ। ਤੁਸੀਂ ਰੋਜ਼ ਪੜ੍ਹਦੇ ਹੋ ਨਾ, ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾ ਹੀ ਕੋ ਥਾਉ। ਅਤੇ ਜੇ ਤੁਸੀਂ ਨਾਮ ਨੂੰ ਛੱਡ ਕੇ ਜੀਵਨ ਜਿਉਣ ਲੱਗ ਜਾਓਗੇ ਨਾ, ਤਾਂ ਤੁਹਾਨੂੰ ਦੁੱਖ ਆਉਣਗੇ, ਤੁਹਾਨੂੰ ਸਕਸੈਸ ਨਹੀਂ ਮਿਲੇਗਾ, ਤੁਹਾਡੀ ਲਿਵ ਟੁੱਟ ਜਾਏਗੀ ਸ਼ਬਦ ਨਾਲੋਂ, ਤੁਸੀਂ ਜਨਮ ਮਰਨ ਵਿੱਚ ਚਲੇ ਜਾਓਗੇ। ਕਿਉਂਕਿ ਜੋ ਨਾਮ ਹੈ, ਜੇ ਰੁੱਖ ਆਪਦੀ ਜੜ੍ਹ ਨੂੰ ਛੱਡ ਦੇਵੇ ਉਹ ਕਿਵੇਂ ਤਰੇਗਾ? ਇਸ ਕਰਕੇ ਸਾਨੂੰ ਕਹਿੰਦੇ ਤੁਸੀਂ ਨਾਮ ਜਪਣਾ। ਜਦੋਂ ਨਾਮ ਜਪੋਗੇ, ਕਰਮ ਕਰਦੇ ਹੋ ਵੀ ਨਾਮ ਚੱਲ ਜਪੀ ਜਾਓ, ਨੌਕਰੀ ਕਰਦੇ ਹੋ, ਬਿਜ਼ਨਸ ਕਰਦੇ ਹੋ, ਖੇਤੀ ਕਰਦੇ ਹੋ, ਨਾਲ ਨਾਲ ਸਿਮਰਨ ਕਰੋ। ਅਤੇ ਜਦੋਂ ਕਰਮ ਤੋਂ ਵਿਹਲੇ ਹੋ ਗਏ, ਫਿਰ ਇੱਕਜਿੱਤ ਹੋ ਕੇ, ਕਿਉਂਕਿ ਆਪਾਂ ਨੂੰ ਨਾਮ ਨੇ ਬਣਾਇਆ, ਨਾਮ ਸਾਡਾ ਮੂਲ ਹੈ, ਨਾਮ ਸਾਡਾ ਮਾਤਾ ਹੈ, ਪਿਤਾ ਹੈ, ਸਭ ਕੁਛ ਉਹ ਹੀ ਹੈ। ਅਤੇ ਜਦੋਂ ਆਪਾਂ ਨਾਮ ਨੂੰ ਧਿਆਵਾਂਗੇ, ਸਹਿਜ ਸੁਭਾਅ ਅਰਦਾਸ ਕਰਨ ਦੀ ਵੀ ਲੋੜ ਨਹੀਂ। ਜਦੋਂ ਨਾਮ ਜਪ ਕੇ ਥਿਰ ਹੋਵਾਂਗੇ ਨਾ, ਜਿੱਥੇ ਸਟੈਬਿਲਿਟੀ ਹੈ, ਜਿਹਨੂੰ ਸੁੰਨ ਸਮਾਧ ਕਿਹਾ, ਅਤੇ ਉੱਥੇ ਸਾਡੇ ਆਪਣੇ ਆਪ ਕਾਰਜ ਪੂਰੇ ਹੋਣਗੇ। ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ। ਹੁਣ ਸਾਡਾ ਮਨ ਰਹਿੰਦਾ ਅਸਥਿਰ, ਸਟੇਬਲ ਨਹੀਂ ਹੈਗਾ, ਵਿਚਾਰਾਂ ਵਿੱਚ ਰਹਿੰਦਾ। ਇਹ ਵਿਚਾਰ ਜਿਹੜਾ, ਇਹਨੂੰ ਮਾਇਆ ਦਾ ਘਰ ਕਿਹਾ, ਜਿੱਥੇ ਕਦੇ ਕਬ ਹੁੰ ਜੀੜਾ ਊਬ ਚੜ੍ਹਤ ਹੈ, ਕਬ ਹੁੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਕਦੇ ਕੋਈ ਵਿਚਾਰ, ਕਦੇ ਖੁਸ਼ ਹੋ ਗਏ, ਕਦੇ ਹਰਖ, ਕਦੇ ਸੋਗ, ਕਦੇ ਕੋਈ, ਕਦੇ ਕੋਈ, ਇਹ ਥਿਰ ਨਹੀਂ ਹੈ ਮਨ। ਅਤੇ ਮਹਾਰਾਜ ਕਹਿੰਦੇ ਥਿਰ ਕਰੋ ਇਹਨੂੰ। ਜਦੋਂ ਸ਼ਬਦ ਦਾ ਅਭਿਆਸ ਕਰਦੇ ਹਾਂ ਪੂਰਾ ਇੱਕ ਚਿੱਤ ਹੋ ਕੇ, ਵਿਚਾਰਾਂ ਤੋਂ ਮਨ ਪਾਸੇ ਹਟਦਾ, ਅਤੇ ਵਿਚਾਰਾਂ ਤੋਂ ਸਹਿਜ ਵਿੱਚ ਆ ਕੇ ਫਿਰ ਉੱਥੇ ਥਿਰ ਹੋ ਗਏ। ਅਤੇ ਮਹਾਰਾਜ ਕਹਿੰਦੇ ਬਸ ਮਨ ਨੂੰ ਥਿਰ ਰੱਖੋ, ਡਿੱਗੈ
ਨਾ ਡੋਲੈ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਕਹਿੰਦੇ ਤੁਹਾਨੂੰ ਕੋਈ ਹੋਰ ਕਰਨ ਦੀ ਲੋੜ ਨਹੀਂ, ਮਨ ਨੂੰ ਥਿਰ ਕਰੀ ਜਾਓ, ਵਿਚਾਰਾਂ ਵਿੱਚ ਨਾ ਜਾਣ ਦਿਓ, ਸਿਮਨ ਕਰੋ ਵਾਪਸ ਲਿਆਓ। ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਰੇ, ਕਾਰਜ ਸਵਰ ਨੇ ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਦਾ। ਜਿਹੜੇ ਪੰਜੇ ਦੂਤ ਦੁਸ਼ਟ ਨੇ ਅੰਦਰੋਂ ਤੰਗ ਕਰਦੇ ਨੇ, ਭਰਾਵਾਂ ਭਰਾਵਾਂ ਵਿੱਚ ਝਗੜਾ ਕਰਾ ਦਿੰਦੇ ਆ, ਪਰਿਵਾਰ ਵਿੱਚ ਝਗੜਾ ਕਰਾ ਦਿੰਦੇ, ਅੰਦਰੋਂ ਹੀ ਵਿਚਾਰ ਦਿੰਦੇ ਨੇ। ਅੰਦਰੋਂ ਆਪਾਂ ਕਹਿੰਦੇ ਮੈਨੂੰ ਕ੍ਰੋਧ ਆ ਗਿਆ ਪਤਾ ਨਹੀਂ ਲੱਗਾ, ਮੇਰੇ ਅੰਦਰ ਤ੍ਰਿਸ਼ਨਾ ਜੀ ਚੱਲ ਪਈ ਪਤਾ ਨਹੀਂ ਲੱਗਾ, ਲੋਭ ਆ ਗਿਆ ਪਤਾ ਨਹੀਂ ਲੱਗਾ, ਉਹ ਪੰਜੇ ਹੀ ਆ। ਭਰਾਵਾਂ ਵਿੱਚ ਝਗੜਾ, ਪਰਿਵਾਰ ਵਿੱਚ ਝਗੜਾ, ਸਮਾਜ 'ਚ ਝਗੜਾ, ਜਦੋਂ ਸਿਮਨ ਕਰਦੇ ਆ ਉਹ ਪਾਸੇ ਰਹਿੰਦੇ ਆ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ। ਜਿੱਥੇ ਸਿਮਰਨ ਚੱਲਦਾ ਉਹ ਪੰਜ ਨੇੜੇ ਨਹੀਂ ਆਉਂਦੇ, ਕਿਉਂਕਿ ਉਹ ਮਨ ਦਾ ਰੱਖਿਆ ਚੱਕਰ ਬਣਿਆ ਹੁੰਦਾ ਹੈ। ਚੌਕੀ ਚੌਗਿਰਦ ਹਮਾਰੇ, ਚੌਗਿਰਦੇ ਇੱਕ ਚੌਂਕੀਕਾਰ ਹੋ ਜਾਂਦੀ, ਉਹ ਪੰਜ ਨੇੜੇ ਨਹੀਂ ਆਉਂਦੇ। ਅਤੇ ਜੇ ਤੁਸੀਂ ਸਿਮਰਨ ਨਹੀਂ ਕਰਦੇ ਫਿਰ ਇਹ ਪੰਜੇ ਤੁਹਾਡੇ ਸਿਰ 'ਤੇ ਚੜੇ ਰਹਿੰਦੇ। ਬਾਣੀ ਪੜ੍ਹੋਗੇ ਅੰਦਰੋਂ ਵਿਚਾਰ ਦੇਈ ਜਾਣਗੇ, ਕੁਛ ਮੰਗ ਲਾ, ਕੋਈ ਦੁੱਖਾਂ ਸੁੱਖਾਂ ਦੇ ਵਿੱਚ ਅਰਦਾਸ ਕਰਦੇ, ਕੋਈ ਕਿਤੇ ਕੋਈ ਕਿਤੇ, ਉਹ ਤੁਹਾਡਾ ਬਾਣੀ ਦਾ ਫਲ ਵੀ ਇਹਨਾਂ ਨੇ ਮਾਇਆ ਨੇ ਆਪਦੇ ਇਸੇ ਸੰਸਾਰ ਦੇ ਵਿੱਚ ਖਰਚਾਈ ਜਾਣਾ। ਅਤੇ ਜੇ ਆਪਾਂ ਫਲ ਜੋੜਿਆ ਹੀ ਨਹੀਂ, ਜਿਵੇਂ ਸਿਮਰਨ ਜਮ੍ਹਾਂ ਹੁੰਦਾ ਰਹਿੰਦਾ, ਆਪਾਂ ਉਹਦੇ ਵੰਡੇ ਨਹੀਂ ਕੁਛ ਮੰਗਦੇ, ਸਾਡੇ ਅੰਦਰ ਨਾਮ ਅਤੇ ਅੰਮ੍ਰਿਤ ਰਸ ਆਪਣੇ ਆਪ ਪ੍ਰਗਟ ਹੋ ਜਾਂਦਾ। ਮਹਾਰਾਜ ਕਹਿੰਦੇ ਨੇ ਬੜਾ ਵਿਵੇਕੀ ਹੈ, ਮੇਰਾ ਪਿਆਰਾ ਹੈ, ਮੈਨੂੰ ਚਾਹੁੰਦਾ, ਠੀਕ ਨਹੀਂ, ਕਿਉਂਕਿ ਇੱਕ ਮਾਇਆ ਹੈ ਉਹ ਪਦਾਰਥਾਂ ਵਿੱਚ ਚੱਲਦੀ। ਅਤੇ ਜਿਹੜੇ ਭਾਣੇ ਵਿੱਚ ਆ ਗਏ, ਤੁਸੀਂ ਰੋਜ਼ ਕਹਿੰਦੇ ਹੋ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਫਿਰ ਅੱਗੇ ਕੀ ਕਹਿੰਦੇ ਹੋ? ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਵਿਵੇਕ ਕੀ ਹੈ? ਸੱਚੇ ਪਾਤਸ਼ਾਹ ਇੰਨਾ ਕੁ ਵਿਵੇਕ ਸਾਨੂੰ ਦਿਓ ਵੀ ਅਸੀਂ ਭਗਤੀ ਕਰਕੇ ਵੀ ਉਹਦੇ ਵੰਡੇ ਮਾਇਆ ਦੇ ਪਦਾਰਥ ਮੰਗਦੇ ਹਾਂ। ਅਤੇ ਭਗਤੀ ਤਾਂ ਕਰਨੀ ਸੀ ਵੀ ਸਾਡੀ ਤ੍ਰਿਸ਼ਨਾ ਖਤਮ ਹੋ ਜਾਏ, ਸਾਨੂੰ ਮੰਗਣ ਦੀ ਲੋੜ ਨਾ ਪਏ, ਸਾਡਾ ਲੋਭ ਖਤਮ ਹੋਵੇ। ਜੇ ਮਨ ਨੂੰ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਭੁੱਖ ਲੱਗੀ ਹੋਈ ਹੈ, ਮੰਨ ਲਓ ਆਪਾਂ ਨੂੰ ਪਿਆਸ ਲੱਗਦੀ, ਆਪਣੀ ਕਿੰਨੀ ਉਮਰ ਹੋ ਗਈ, ਪਿਆਸ ਦਾ ਕੋਈ ਇਲਾਜ ਹੈ? ਪਾਣੀ ਪੀਤੀ ਜਾਂਦੇ ਹਾਂ ਫਿਰ ਲੱਗ ਪੈਂਦੀ, ਫਿਰ ਪੀਂਦੇ ਹਾਂ ਫਿਰ ਲੱਗ ਪੈਂਦੀ, ਫਿਰ ਪੀਂਦੇ ਹਾਂ ਫਿਰ ਲੱਗ ਜਾਂਦੀ। ਅਤੇ ਜੇ ਪਿਆਸ ਲੱਗਣੀ ਬੰਦ ਹੋ ਜਾਏ, ਪਾਣੀ ਪੀਣ ਦੀ ਕੀ ਲੋੜ ਹੈ? ਅਤੇ ਮਹਾਰਾਜ ਕੀ ਕਹਿੰਦੇ? ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ। ਹੁਣ ਮਨ ਤਾਂ ਤ੍ਰਿਸ਼ਨਾ ਵਿੱਚ ਭੁੱਖਾ ਹੋਇਆ ਬੈਠਾ, ਅਤੇ ਤੁਸੀਂ ਇਹਦੀ ਭੁੱਖ ਕਿਵੇਂ ਲਾ ਦਿਓਗੇ? ਪਦਾਰਥ ਦੇ ਕੇ ਭੁੱਖ ਥੋੜ੍ਹੀ ਨਾ ਉਤਰੂਗੀ। ਜਿਹੜੀ ਭੁੱਖ ਹੈ ਉਹਦਾ ਇਲਾਜ ਕਰੋ, ਭੁੱਖ ਨਾ ਲੱਗੇ। ਉਹ ਕਿਹੜੀ ਭੁੱਖ ਹੈ? ਇਹ ਤਿਸਨਾ ਵੱਡਾ ਰੋਗ ਲੱਗਾ, ਤ੍ਰਿਸ਼ਨਾ ਦਾ ਜਿਹੜਾ ਰੋਗ ਹੈ ਨਾ। ਮਹਾਰਾਜ ਨੂੰ ਆਖੋ ਤੁਹਾਡੇ ਦਰ 'ਤੇ ਆਉਣੇ ਆ, ਦਾਤਾਂ ਮਿਲਦੀਆਂ ਨੇ। ਇਹ ਭੁੱਖਾ ਫਿਰ ਕਹਿੰਦਾ ਹੋਰ ਮੰਗ ਕੇ ਲਿਆ, ਹੋਰ ਮੰਗ ਕੇ ਲਿਆ, ਹੋਰ ਮੰਗ, ਅਤੇ ਮੈਂ ਮੰਗਣ 'ਚ ਹੀ ਰਹਿੰਦਾ, ਉਧਰੋਂ ਸਵਾਸਾਂ ਦਾ ਧਨ ਖਤਮ ਹੋ ਜਾਂਦਾ, ਫਿਰ ਜੂਨਾਂ 'ਚ ਚਲਿਆ ਜਾਂਦਾ। ਅਤੇ ਜੇ ਮੈਨੂੰ ਇਹ ਭੁੱਖ ਮੇਰੀ ਇਲਾਜ ਕਰ ਦਿਓ, ਉਹ ਕਹਿੰਦੇ ਇਸੇ ਭੁੱਖ ਦਾ ਤਾਂ ਮਾਇਆ ਫਾਇਦਾ ਚੁੱਕ ਰਹੀ ਹੈ, ਪੰਜੇ ਦੂਤ ਫਾਇਦਾ ਚੁੱਕ ਰਹੇ ਹੈ। ਜੇ ਤੂੰ ਸਿਮਨ ਕਰੇਗਾ ਤੇਰੇ ਅੰਦਰ ਵਿਵੇਕ ਆ ਜਾਏਗਾ। ਉਹ ਵਿਵੇਕ ਕੀ ਹੈ? ਜੋ ਤੇਰਾ ਲਿਖ ਕੇ ਮੈਂ ਰਿਜਕ ਪਾਇਆ ਹੋਇਆ, ਤੈਨੂੰ ਭਰੋਸਾ ਆ ਜਾਏਗਾ ਵੀ ਸੱਚੇ ਪਾਤਸ਼ਾਹ ਮੈਨੂੰ ਭੁੱਖਾ ਨਹੀਂ ਮਰਨ ਦਿੰਦੇ, ਮੰਗਣ ਦੀ ਕਰਨ ਦੀ ਲੋੜ ਨਹੀਂ। ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਕਾ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤਨਤਾ। ਮੈਨੂੰ ਕਦੀ ਫਿਕਰ ਹੈ, ਮੈਨੂੰ ਤਾਂ ਨਾਮ ਦੇ ਹੁਣ, ਮੈਨੂੰ ਇਹ ਰਿਜਕ ਦੀ ਨਹੀਂ। ਮੈਨੂੰ ਪਤਾ ਤੂੰ ਮੈਨੂੰ ਪਾਲੇਗਾ, ਜੇ ਤੂੰ ਮੈਨੂੰ ਭੇਜਿਆ ਤਾਂ ਪਾਲਣ ਵਾਸਤੇ ਪਾਲੇਗਾ ਹੀ, ਐਵੇਂ ਕਿਵੇਂ? ਅਨਾਥ ਥੋੜ੍ਹੀ ਨਾ ਮੈਂ। ਇਹ ਭਰੋਸਾ ਕਰਨਾ ਵੀ ਪਦਾਰਥਾਂ ਦੀ ਫਿਕਰ ਹੈ ਪਰਮੇਸ਼ਰ ਨੂੰ, ਉਹਨੇ ਡਿਊਟੀ ਲਾਈ ਕਾਲ ਦੀ, ਮਾਇਆ ਦੀ। ਪਿਤਾ ਕਿਰਪਾਲ ਆ ਗਿਆ ਇਹ ਦੀਨੀ, ਬਾਰਕ ਮੁੱਖ ਮੰਗੇ ਸੋ ਦੇਣਾ।
ਤੇ ਪਰ ਬਾਲਕ ਕੀ ਚਾਹੁੰਦਾ ਹੈ? ਨਾਨਕ ਬਾਰਕ ਦਰਸ ਪ੍ਰਭ ਚਾਹੇ। ਸਾਡੀ ਸੋਚ ਪਦਾਰਥਾਂ ਪਾਸੇ ਚੱਲ ਜਾਂਦੀ। ਮਹਾਰਾਜ ਕਹਿੰਦੇ ਇਹਦੇ ਬਾਰੇ ਸੋਚਣ ਦੀ ਲੋੜ ਨਹੀਂ, ਇਹ ਮੈਂ ਰਿਜਕ ਪਾ ਕੇ ਮਾਇਆ ਕਾਲ ਦੀ ਡਿਊਟੀ ਲਾਈ, ਉਹ ਤੁਹਾਨੂੰ ਪਾਲੂਗੀ। ਇੱਕ ਆ ਮਾਈ ਜੁਗਤ ਬਿਆਈ ਤਿੰਨ ਚੇਲੇ ਪ੍ਰਮਾਣ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਈ ਦੀ ਬਣ, ਜਿਵ ਤਿਸ ਪਾਵੈ ਤਿਵੇਂ ਚਲਾਵੈ, ਜਿਵ ਹੋਵੇ ਫੁਰਮਾਣ। ਪਰ ਸਾਡੇ ਬਾਰੇ ਕੀ ਕਿਹਾ? ਸਾਨੂੰ ਇਹ ਸਮਝ ਨਹੀਂ ਆਉਂਦਾ ਵੀ ਪਰਮੇਸ਼ਰ ਪਾਲੇਗਾ, ਮਾਇਆ ਸਾਡੀ ਪ੍ਰਤਪਾਲਨਾ ਕਰੇਗੀ, ਕਿਉਂਕਿ ਮਾਇਆ ਦਾਸੀ ਹੈ। ਕੀ ਕਹਿੰਦੇ? ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਉਹਨਾਂ ਨੂੰ ਹੁਕਮ ਦੀ ਸਮਝ ਨਹੀਂ ਆਉਂਦੀ ਪਈ ਵੀ ਪਰਮੇਸ਼ਰ ਤਾਂ ਆਪੇ ਪਾਲਦਾ ਪਿਆ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਡਾਣ, ਬਸ ਉਹ ਜਨਮ ਮਰਨ 'ਚ ਪੈ ਗਿਆ ਸਾਰਾ ਸੰਸਾਰ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ ਹੈ। ਸਾਰਾ ਖੇਲ ਹੁਕਮ ਵਿੱਚ ਹੀ ਚੱਲਦਾ ਪਿਆ, ਪਰ ਜਿਨ੍ਹਾਂ ਨੇ ਹੁਕਮ ਨੂੰ ਨਹੀਂ ਬੁੱਝਿਆ ਉਹਨਾਂ ਨੂੰ ਜਨਮ ਮਰਨ ਦਾ ਰੋਗ ਲੱਗ ਗਿਆ। ਨਾਨਕ ਹੁਕਮ ਹੈ ਜੇ ਬੁੱਝੈ, ਅਤੇ ਹੁਕਮ ਦੀ ਬੁੱਝ ਆਉਂਦੀ ਸੰਗਤ ਵਿੱਚ ਆ ਕੇ, ਅਤੇ ਸਿਮਨ ਕਰਾ ਕੇ, ਸ਼ਬਦ ਦੀ ਵਿਚਾਰ ਕਰਾ ਕੇ ਦੱਸਿਆ ਜਾਂਦਾ ਤੁਸੀਂ ਹੁਕਮ 'ਚੋ ਤੁਹਾਨੂੰ ਪਾਲ ਰਿਹਾ, ਫਿਕਰ ਨਾ ਕਰੋ, ਫਿਕਰ ਨਾ ਕਰੋ, ਫਿਕਰ ਨਾ ਕਰੋ, ਤੁਸੀਂ ਸਿਮਨ ਕਰੋ ਤਾਂ ਕਿ ਤੁਹਾਡੇ ਅੰਦਰ ਨਾਮ ਪ੍ਰਗਟ ਹੋ ਜਾਏ, ਰਸ ਪ੍ਰਗਟ ਹੋ ਜਾਏ। ਜੇ ਸਵਾਸਾਂ ਦਾ ਧਨ ਖਤਮ ਹੋ ਗਿਆ, ਮਾਇਆ ਸਾਨੂੰ ਮੂਰਖ ਬਣਾ ਰਹੀ ਹੈ, ਪਾਗਲ ਬਣਾ ਰਹੀ ਹੈ, ਜਾਣ ਜਾਣ ਕੇ ਸਾਡੇ ਅੰਦਰ ਡਿਜ਼ਾਇਰਸ ਪੈਦਾ ਕਰਦੀ ਹੈ, ਲਸਟ ਪੈਦਾ ਕਰਦੀ ਹੈ, ਪਤਾ ਨਹੀਂ ਕਿਹੜੇ ਕਿਹੜੇ ਔਗਣ ਪੈਦਾ ਕਰੇ। ਇੱਧਰ ਨਾ ਜਾਓ, ਉਹ ਚੱਲੀ ਜਾਣਾ। ਤੁਸੀਂ ਇੱਧਰ ਸ਼ਬਦ ਦਾ ਅਭਿਆਸ ਸ਼ੁਰੂ ਕਰੋ ਤਾਂ ਕਿ ਤੁਹਾਡੇ ਅੰਦਰ ਉਹ ਨਾਮ ਪ੍ਰਗਟ ਹੋ ਜਾਏ, ਰਸ ਆਵੇ। ਇਹ ਸਰੀਰ ਦੇ ਅੰਦਰ ਉਹ ਵੱਜ ਰਹੀ ਅਨਹਦ ਬਾਣੀ, ਕਿੰਨੇ ਸ਼ਬਦ ਮਹਾਰਾਜ ਨੇ ਦੱਸੇ ਨੇ, ਤੇਰਾ ਜਨ ਨਿਰਤ ਕਰੇ ਗੁਣ ਗਾਵੈ, ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਵਜਾਵੈ। ਇੰਨੀ ਸੋਹਣੀ ਮਧੁਰ ਮਧੁਰ ਬਾਣੀ ਚੱਲ ਰਹੀ ਤੁਹਾਡੇ ਅੰਦਰ। ਇਹ ਫਿਰ ਸਿਰਫ ਤੁਹਾਨੂੰ ਸੰਗਤ ਵਿੱਚ ਦ੍ਰਿੜ ਕਰਵਾਇਆ ਜਾਂਦਾ ਹੈ, ਕਿਉਂਕਿ ਸੰਸਾਰ ਨੇ ਤਾਂ ਇਹੀ ਕਹਿਣਾ, ਛੱਡੋ ਪਰੇ ਕੀ ਜਪਣਾ ਹੈ, ਅੱਗਾ ਕਿਹਨੇ ਦੇਖਿਆ ਹੈ, ਪਿੱਛਾ ਕਿਹਨੇ ਦੇਖਿਆ ਹੈ। ਸੰਗਤ ਵਿੱਚ ਆ ਕੇ ਹੀ ਤੁਹਾਨੂੰ ਪਰਲੋਕ ਦਾ ਭੇਤ ਦਿੱਤਾ ਜਾਂਦਾ ਹੈ। ਇਸ ਕਰਕੇ ਸੰਗਤ ਵਿੱਚ ਜਿੱਥੇ ਇਕੱਠ ਦੀ ਕਥਾ ਹੁੰਦੀ ਉੱਥੇ ਜ਼ਰੂਰ ਆਉਣਾ। ਸਤ ਸੰਗਤ ਸਤਿਗੁਰ ਚਟਸਾਲ ਹੈ, ਜਿੱਤ ਹਰ ਗੁਣ ਸਿੱਖਾਂ। ਇਹ ਸਤਿਗੁਰ ਜੀ ਦੀ ਚਟਸਾਲ ਹੈ। ਸੋ ਇਹੀ ਉਪਰਾਲਾ ਆਪਣਾ ਔਨਲਾਈਨ ਵੀ ਚੱਲਦਾ ਹੈ, ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ 'ਤੇ ਪ੍ਰਭ ਮਿਲਨੇ ਕਾ ਚਾਉ ਟੁਹਾਣਾ ਨਾਮ ਤੋਂ ਚੈਨਲ ਹੈ, ਔਰ ਟੈਲੀਗ੍ਰਾਮ ਨਾਮ ਦੀ ਐਪ ਹੈ, ਉਹਦੇ 'ਤੇ ਵੀ ਸੁਬਹਾ 5 ਤੋਂ 6, ਸ਼ਾਮ ਨੂੰ 7 ਤੋਂ 8 ਸਿਮਰਨ ਹੁੰਦਾ ਹੈ। ਇਸ ਸਭ ਦੇ ਵਿਚਾਰ, ਧਿਆਨ, ਅਨਹਦ ਬਾਣੀ, ਅੰਮ੍ਰਿਤ ਰਸ, ਕਿਸ ਤਰ੍ਹਾਂ ਅਸੀਂ ਸਰੀਰ ਤੋਂ ਉੱਪਰ ਉੱਠ ਕੇ ਆਪਦੇ ਨਾਮ ਦਾ ਧਨ ਪ੍ਰਾਪਤ ਕਰ ਸਕਦੇ ਹਾਂ ਸਹਿਜ ਵਿੱਚ ਜਾਣ 'ਤੇ, ਕਿਵੇਂ ਸਾਨੂੰ ਜੋ ਗੁਰਬਾਣੀ ਵਿੱਚ ਅਨਹਦ ਬਾਣੀ ਦਾ ਜ਼ਿਕਰ ਆਇਆ, ਨਾਦ ਦਾ ਜ਼ਿਕਰ ਆਇਆ, ਸਹਿਜ ਤੋਂ ਦਾ ਜ਼ਿਕਰ ਆਇਆ, ਉਹ ਕਿਵੇਂ ਸਰਵਣ ਹੁੰਦੀ ਹੈ, ਕਿਵੇਂ ਅਭਿਆਸੀ ਜੀਵ ਸਿਮਰਨ ਤੋਂ ਉੱਪਰ ਉੱਠ ਕੇ ਆਤਮਕ ਮੰਡਲਾਂ ਦੇ ਵਿੱਚ ਆਨੰਦ ਮਾਣਦਾ, ਇਹ ਸਾਰਾ ਉਪਰਾਲਾ ਕੀਤਾ ਜਾ ਰਿਹਾ। ਸੋ ਉਹ ਔਨਲਾਈਨ ਵੀ ਚੱਲ ਰਿਹਾ। ਸੋ ਆਪ ਜੀ ਦੇ ਇਲਾਕੇ ਵਿੱਚ ਸਮਾਂ ਮਿਲਿਆ, ਬਹੁਤ ਧੰਨਵਾਦ ਹੈ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ, ਗ੍ਰੰਥੀ ਸਿੰਘ ਸਾਹਿਬਾਨ ਜੀ ਦਾ, ਪ੍ਰਧਾਨ ਸਾਹਿਬ ਜੀ ਦਾ, ਸਾਰੀ ਗੁਰਮੁਖ ਟੀਮ ਦਾ, ਆਪ ਜੀ ਜੋ ਸੰਗਤ ਨੇ ਇੰਨਾ ਪਿਆਰ ਦੇ ਨਾਲ ਸਮਾਂ ਕੱਢ ਕੇ ਦੂਰੋਂ ਨੇੜਿਓਂ ਗੁਰਮੁਖ ਚੱਲ ਕੇ, ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਇਹੀ ਅਪੀਲ ਹੈ ਕਿ ਜੋ ਆਪ ਜੀ ਨੂੰ ਸ਼ਬਦ ਦਾ ਅਭਿਆਸ ਕਰਨਾ ਸਿਖਾਇਆ, ਵਾਰ ਵਾਰ ਜਪੋ, ਪਰਿਵਾਰ ਵਿੱਚ ਵੀ ਸਿਮਨ ਕਰੋ, ਇੱਕ ਚਿੱਤ ਹੋ ਕੇ ਵੀ ਸਿਮਨ ਕਰਨਾ ਹੈ, ਅਤੇ ਕੰਮ ਕਰਦਿਆਂ ਵੀ ਨਾਲ ਨਾਲ ਸਿਮਨ ਕਰਨਾ ਹੈ। ਬਾਕੀ ਬਹੁਤ ਹੋਰ ਜਾਣਕਾਰੀ ਲੈਣੀ, ਲੰਬਾ ਸਮਾਂ ਰਹਿ ਕੇ ਅਭਿਆਸ ਕਰਨਾ, ਉਹ ਵੀ ਆਪਣੇ ਕੋਲ ਇੰਤਜ਼ਾਮ ਹੈਗਾ। ਨਿਸ਼ਕਾਮ ਰੂਪ ਦੇ ਵਿੱਚ ਆਪਾਂ ਸੇਵਾ ਕਰ ਰਹੇ ਹਾਂ। ਆਪ ਜੀ 2, 4, 6 ਮਹੀਨੇ, ਸਾਲ ਰਹਿ ਕੇ ਜੇ ਸਿਮਨ ਕਰਨਾ ਚਾਹੁੰਦੇ ਹੋ, ਹਰਿਆਣੇ ਦੇ ਵਿੱਚ ਟੋਹਾਣਾ ਸ਼ਹਿਰ ਹੈ, ਉੱਥੇ ਨਾਲ ਆਪਣਾ ਸਥਾਨ ਜਿੱਥੇ ਕੇਵਲ ਸਿਮਰਨ, ਗੁਰਬਾਣੀ, ਸੰਥਿਆ, ਕੀਰਤਨ, ਕਵੀਸ਼ਰੀ, ਕਥਾ ਇਹੀ ਸਿਖਾਇਆ ਜਾਂਦਾ, ਬ੍ਰਹਮ ਵਿਦਿਆਲਿਆ ਬਣਾਇਆ, ਕਿਉਂਕਿ ਅੱਜ ਕੱਲ੍ਹ ਬਹੁਤ ਕਮੀ ਆ ਗਈ
ਸਾਡੇ ਪਰਿਵਾਰ ਦੇ ਆਉਣ ਵਾਲੀ ਪੀੜ੍ਹੀ ਬੱਚੇ ਜਿਹੜੇ ਨੇ ਗੁਰਬਾਣੀ ਤੋਂ ਟੁੱਟ ਗਏ ਨੇ, ਸ਼ਬਦ ਦਾ ਅਭਿਆਸ ਨਹੀਂ ਹੁੰਦਾ, ਪਰਿਵਾਰਾਂ ਵਿੱਚ ਬਹੁਤ ਘੱਟ ਹੈ, ਤੋ ਉਸੇ ਦੇ ਲਈ ਇਹ ਮਨੋਰਥ ਕੀਤਾ ਜਾ ਰਿਹਾ। ਆਪ ਜੀ ਦੇ ਨਾਲ ਇੰਨੇ ਬਚਨ ਕਰਦੇ ਹਾਂ, ਕੋਈ ਅੱਖਰ ਵਾਧਾ ਘਾਟਾ ਹੋ ਗਿਆ ਹੋਵੇ, ਸੰਗਤ ਅਤੇ ਗੁਰੂ ਬਖਸ਼ਣਯੋਗ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।